ਖੜਕ ਕੇਤ ਮੈਂ ਸਰਣ ਤਿਹਾਰੀ ਆਪ ਹਾਦ ਦੇ ਲਿਓ ਬਾਰੀ ਜਸ ਪੰਜਾਬੀ ਦੇ ਸੂਜਵਾਨ ਦਰਸ਼ਕਾਂ ਦਾ ਜਨਤਾ ਦੀ ਆਵਾਜ਼ ਇਸ ਪ੍ਰੋਗਰਾਮ ਦੇ ਵਿੱਚ ਸਾਹਿਬਾਂ ਦੇ ਬਖਸ਼ੇ ਹੋਏ ਬਾਣੇ ਅਤੇ ਬਾਣੀ ਸ਼ਾਸਤਰ ਔਰ ਸ਼ਸਤਰ ਦੀ ਗੱਲ ਕਰਦੇ ਹਾਂ ਜਿਸ ਮੁਕਾਮ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੁਚਾਇਆ ਔਰ ਸ਼ਸਤਰ ਨੂੰ ਖਾਲਸੇ ਦੇ ਹਰ ਵੇਲੇ ਅੰਗ ਸੰਗਰਖਣ ਦਾ ਹੁਕਮ ਦਿੱਤਾ ਬਲਕਿ ਉਸ ਨੂੰ ਸਰੀਰ ਦਾ ਅੰਗ ਹੀ ਬਣਾ ਦਿੱਤਾ ਸ਼ਸਤਰਾਂ ਦੀ ਕੀ ਅਹਿਮੀਅਤ ਹੈ ਸ਼ਸਤਰ ਕੀ ਹਨ ਸ਼ਸਤਰਾਂ ਨੂੰ ਹਜ਼ੂਰ ਨੇ ਕਿਉਂ ਦਿੱਤਾ ਇਸ ਦੇ ਬਾਰੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪ ਨਾਲ ਮੁਖਤਸਰ ਸੰਖੇਪ ਵਿੱਚ ਵਿਚਾਰ ਕਰਾਂਗੇ ਦਿੱਤੇ ਹੋਏ ਪ੍ਰੋਗਰਾਮ ਦੇ ਮੁਤਾਬਕ 9 ਵਜੇ ਅਸੀਂ ਆਪਦੀਆਂ ਕਾਲਸ ਲਵਾਂਗੇ ਔਰ ਅਸੀਂ ਚਾਹਾਂਗੇ ਕਿ ਇਸ ਵਿਸ਼ੇ ਨੂੰ ਸ਼ਾਸਤਰ ਨੂੰ ਅਸੀਂ ਪੁੱਲ ਗਏ ਸ਼ਾਸਤਰ ਨੂੰ ਅਸੀਂ ਵਿਸਾਰ ਦਿੱਤਾ ਅਸੀਂ ਸ਼ਾਸਤਰ ਵਿਹੀਣ ਹੋ ਗਏ ਸ਼ਾਸਤਰ ਵਿਹੀਣ ਹੋ ਗਏ ਸੋ ਸਾਡੇ ਲਈ ਅਗਲਾ ਰਸਤਾ ਕੀ ਹੈ ਅਗਲੇ ਅਗਲਾ ਮਾਰਗ ਕੀ ਹੈ ਸਾਡਾ ਭਵਿੱਖ ਕੀ ਹੈ ਇਸ ਦੇ ਬਾਰੇ ਅਸੀਂ ਜ਼ਰੂਰ ਵਿਚਾਰ ਕਰਾਂਗੇ ਇਸ ਦੇ ਨਾਲ ਹੀ ਅਸੀਂ ਕੁਝ ਤਸਵੀਰਾਂ ਉਹ ਮਹਾਨ ਇਤਿਹਾਸਕ ਸ਼ਸਤਰਾਂ ਦੀਆਂ ਅਸੀਂ ਆਪ ਨੂੰ ਜ਼ਰੂਰ ਵਿਖਾਣੀਆਂ ਚਾਹਾਂਗੇ ਜਿਹੜਾ ਕਿ ਸਾਡਾ ਵਿਰਸਾ ਹਨ ਉਹ ਜਿਹੜਾ ਸਾਡੇ ਲਈ ਪੂਜਣ ਯੋਗ ਹੈ ਪ੍ਰੋਗਰਾਮ ਦੀ ਅਰੰਭਤਾ ਕਰਦਿਆਂ ਹੋਇਆਂ ਜਦੋਂ ਆਪਦੇ ਕਾਲਸ ਲਵਾਂਗੇ ਇੱਕ ਬੇਨਤੀ ਜ਼ਰੂਰ ਹੈ ਔਰ बार-बार ਕਰਨੀ ਪੈਂਦੀ ਹੈ ਕਿ ਜੇ ਆਪ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਹੋ ਤਾਂ ਫਿਰ ਟੈਲੀਫੋਨ ਦੇ ਉੱਤੇ ਗੱਲ ਕਰੋ ਔਰ ਟੀਵੀ ਦੀ ਆਵਾਜ਼ ਬਿਲਕੁਲ ਬੰਦ ਕਰ ਦਿਓ ਨਹੀਂ ਤਾਂ ਫਿਰ ਆਵਾਜ਼ ਨਹੀਂ ਪਹੁੰਚਦੀ ਤਾਂ ਉਹ ਸਮਾਂ ਵੀ ਵਿਅਰਥ ਚਲਾ ਜਾਂਦਾ ਹੈ 9:05 ਦੇ ਉੱਤੇ ਅਸੀਂ ਆਪਦੀਆਂ ਕਾਲਸ ਲੈ ਕੇ ਤੇ ਆਪ ਦੇ ਵਿਚਾਰ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨੇ ਚਾਹਾਂਗੇ ਜਿਹੜੀ ਸਭ ਤੋਂ ਪਹਿਲੀ ਤਸਵੀਰ ਆਪ ਦੇਖ ਰਹੇ ਹੋ ਇਸ ਪ੍ਰੋਗਰਾਮ ਦੀ ਪਹਿਲੀ ਤਸਵੀਰ ਅ ਕੁਝ ਤਕਨੀਕੀ ਕਾਰਨਾ ਕਰਕੇ ਉਹ ਤਸਵੀਰ ਅਜੇ ਆਨ ਸੋ ਜਿਹੜੀ ਪਹਿਲੀ ਤਸਵੀਰ ਹੈ ਉਹ ਸਤਗੁਰਾਂ ਦੇ ਬਖਸ਼ੇ ਹੋਏ ਖੰਡੇ ਬਾਟੇ ਦੀ ਹੈ ਖੰਡਾ ਬਾਟਾ ਜਿਹੜਾ ਕਿ ਖਾਲਸੇ ਦਾ ਜਨਮ ਸਰੋਤ ਹੈ ਖੰਡੇ ਦੇ ਨਾਲ ਖੰਡੇ ਦੇ ਰਾਹੀਂ ਖੰਡੇ ਚੋਂ ਹੀ ਖਾਲਸੇ ਦੀ ਉਤਪਤੀ ਹੋਈ ਹੈ ਇਹ ਸਰਬਲੋਹ ਦਾ ਖੰਡਾ ਸਰਬਲੋਹ ਦਾ ਬਾਟਾ ਕਿਉਂਕਿ ਜਿਸ ਵੇਲੇ ਪੁਰਾਤਨ ਸਾਹਿਤ ਦੇ ਮੁਤਾਬਕ ਪੁਰਾਤਨ ਪਰੰਪਰਾ ਦੇ ਮੁਤਾਬਕ ਲੋਹੇ ਤੋਂ ਲੋਕ ਪੈਪੀਤ ਹੁੰਦੇ ਸਨ ਲੋਹੇ ਨੂੰ ਅਪਸ਼ਗਨ ਮੰਨਿਆ ਜਾਂਦਾ ਸੀ ਸ਼ਾਸਤਰਾਂ ਦੇ ਵਿੱਚ ਇਹ ਵਿਧਾਨ ਸੀ ਕਿ ਜਿਹੜੇ ਸ਼ੂਦਰ ਹਨ ਨੀਵੀਂ ਜਾਤ ਵਾਲੇ ਹਨ ਇਹਨਾਂ ਨੂੰ ਲੋਹੇ ਦੇ ਬਰਤਨ ਹੀ ਦਿੱਤੇ ਜਾਣ ਇਹਨਾਂ ਨੂੰ ਲੋਹੇ ਦੇ ਆਭੂਸ਼ਣ ਪਾਏ ਜਾਣ ਹਜ਼ੂਰ ਨੇ ਖਾਲਸੇ ਦੀ ਸਿਰਜਣਾ ਕਰਦਿਆਂ ਹੋਇਆਂ ਇਹਨਾਂ ਨੂੰ ਸਰਬ ਲੋਹ ਦੇ ਬਾਟੇ ਸਰਬ ਲੋਹ ਦਾ ਖੰਡਾ ਉਸ ਦੇ ਵਿੱਚੋਂ ਖਾਲਸੇ ਦੀ ਉਦਗਮ ਸਰੋਤ ਇਸ ਨੂੰ ਬਣਾਇਆ ਇੱਥੇ ਹੀ ਨਹੀਂ ਹਜ਼ੂਰ ਨੇ ਤਾਂ ਇਸ ਦੀ ਉਪਮਾ ਕਰਦੇ ਇੱਥੇ ਤੱਕ ਕਹਿ ਦਿੱਤਾ ਸਰਬ ਲੋਹ ਕੀ ਰੱਛਾ ਹਮਨੇ ਸਰਬ ਕਾਲ ਜੀ ਕੀ ਸਦਾ ਰੱਛਾ ਹਮਨੇ ਇਹ ਜਿਹੜਾ ਕਨਸੈਪਟ ਸਤਗੁਰਾਂ ਨੇ ਜਿਹੜਾ ਦਿੱਤਾ ਔਰ ਇਸ ਦੇ ਨਾਲ ਨਾ ਕੇਵਲ ਇੱਥੇ ਤੱਕ ਹੀ ਬਲਕਿ ਇੱਕ ਹੋਰ ਬਹੁਤ ਅਹਿਮ ਜਿਹੜਾ ਉਹਨਾਂ ਨੇ ਪ੍ਰਿੰਸੀਪਲ ਦਿੱਤਾ ਸਤਗੁਰੂ ਜਦੋਂ ਆਪਣੀ ਬਾਣੀ ਦੀ ਰਚਨਾ ਕਰਦੇ ਹਨ ਤਾਂ ਇਸ ਤੋਂ ਪਹਿਲਾਂ ਭਾਰਤੀ ਸਾਹਿਤ ਦੇ ਵਿੱਚ ਪੂਰੇ ਭਾਰਤੀ ਸਾਹਿਤ ਦੇ ਵਿੱਚ ਜਿਹੜੀ ਮੰਗਲ ਹੈ ਜੋ ਵੰਦਨਾ ਹੈ ਉਹ ਸਰਸਵਤੀ ਦੀ ਵੰਦਨਾ ਜਾਂ ਸ਼੍ਰੀ ਗਣੇਸ਼ ਦੀ ਵੰਦਨਾ ਹੁੰਦੀ ਸੀ ਪਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਦੋਂ ਵੀ ਬਾਣੀ ਦੀ ਰਚਨਾ ਕੀਤੀ ਜਦੋਂ ਉਹਨਾਂ ਨੇ ਸ਼ਸਤਰਾਂ ਦੀ ਦਾਤ ਬਖਸ਼ੀ ਤਾਂ ਉਹਨਾਂ ਨੇ ਵੰਦਨਾ ਕੀਤੀ ਹੈ ਨਮਸਕਾਰ ਸ਼੍ਰੀ ਖੜਗ ਕੋ ਕਰੋ ਸੋਹਿਤ ਚਿਤ ਲਾਏ ਪੂਰਨ ਕਰੋ ਗ੍ਰੰਥ ਏ ਤੁਮ ਮਮ ਕਰੋ ਸਹਾਏ ਦਰਸਲ ਸ਼ਸਤਰਾਂ ਤੋਂ ਭਾਰਤੀ ਜਨਤਾ ਇਤਨੀ ਪੈ ਪੀਤ ਸੀ ਕਿ ਆਮ ਤੌਰ ਦੇ ਉੱਤੇ ਭਾਰਤੀ ਸਾਹਿਤ ਵਿੱਚ ਵੀ ਕਿਹਾ ਸੀ ਕਿ ਜੰਨੀ ਜਨੇ ਤਾਂ ਭਗਤ ਜਨ ਕਹਿ ਦਾਤਾ ਕੈ ਸੂਰ ਨਹੀਂ ਤਾਂ ਜੰਨੀ ਬਾਜ ਰਹੇ ਕਾਹੇ ਗਵਾਵੇ ਨੂਰ ਪਰ ਹਜ਼ੂਰ ਨੇ ਇਸ ਚੀਜ਼ ਨੂੰ ਕਿ ਯਾ ਜੰਨੀ ਭਗਤ ਜਣੇ ਯਾ ਸੂਰਮਾ ਜਣੇ ਇਸ ਕਨਸੈਪਟ ਨੂੰ ਨਹੀਂ ਲਿਆ ਉਹਨਾਂ ਨੇ ਕਿਹਾ ਤਨ ਜੀਓ ਤੇ ਕੋ ਜਗ ਮੇ ਮੁਕਤੇ ਹਰ ਚਿੱਤ ਮੇ ਜੁਦ ਵਿਚਾਰੇ ਇਹ ਜੋ ਦੋਨਾਂ ਨੂੰ ਨਾਲ ਤੁਰਨਾ ਹੈ ਇਸ ਕਰਕੇ ਜਿਹੜਾ ਪੰਜਾਬ ਦਾ ਲੋਕ ਜਨमानस ਦੇ ਉੱਤੇ ਜਿਹੜੀ ਪ੍ਰਾਤਨ ਗੀਤ ਜਾਂ ਪੁਰਾਣੀ ਜਿਹੜੀ ਪੋਇਟਰੀ ਸੀ ਉਹ ਛਾਈ ਸੀ ਕਿ ਜਿਸ ਵੇਲੇ ਭਾਈ ਦੇ ਆਰਮ ਜੀ ਨੂੰ ਹਜ਼ੂਰ ਨੇ ਸਿਰ ਮੰਗਿਆ ਜਦੋਂ ਉਹਨਾਂ ਦੇ ਨਾਲ ਸ਼ਸਤਰਾਂ ਦੀ ਗੱਲ ਕੀਤੀ ਤਾਂ ਉਹਨਾਂ ਦਾ ਜਵਾਬ ਸੀ ਕਾਮ ਹਮਾਰਾ ਤੋਲੋ ਤਕੜੀ ਨੰਗੀ ਕਰਦ ਕਦੇ ਨਹੀਂ ਪਕੜੀ ਚਿੜੀ ਉਡੇ ਡਰ ਸੇ ਮਰ ਜਾਉਂ ਕੈਸੇ ਦੁਸ਼ਮਣ ਸੇ ਲੜ ਪਾਉਂ ਪਰ ਜ਼ਹੂਰ ਜਦੋਂ ਉਹਨਾਂ ਦਾ ਰੂਪ ਬਦਲ ਦਿੱਤਾ ਜਦੋਂ ਉਹਨਾਂ ਦਾ ਸਭ ਕੁਝ ਬਦਲ ਦਿੱਤਾ ਉਸ ਦੇ ਬਾਅਦ ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਦਾ ਜਵਾਬ ਸੀ ਧਰ ਲੂੰਗਾ ਅਬ ਇੱਕ ਇੱਕ ਕੋ ਸ਼ਮਸ਼ੀਰ ਕੇ ਆਗੇ ਰੱਖ ਦੂੰਗਾ ਸੀਨਾ ਉਹ ਜਿਗਰ ਦਿਲ چیر ਕੇ ਆਗੇ ਇਹ ਦੋਧਾਰਾ ਖੰਡਾ ਜੋ ਧੇਰ ਸੇ ਬੇਕਾਰ ਪੜਾ ਥਾ ਸਭ ਜ਼ੰਗ ਉਤਰ ਜਾਏਗਾ ਜੋ ਇਸ ਪੇ ਚੜਾ ਥਾ ਇਹ ਜਿਹੜੀ ਕਰਾਮਾਤ ਹੋਈ ਇਹ ਜਿਹੜਾ ਕਰਾਮਾਤ ਸੀ ਇਹ ਸਾਬਾ ਨੇ ਜਿਹੜੀ ਕਰਾਮਾਤ ਕੀਤੀ ਉਹ ਸ਼ਸਤਰ ਤਾਰੀ ਕਰਕੇ ਅੱਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੋਤੀ ਜੋਤਪੁਰਬ ਹੈ ਉਹ ਜਿਹੜੀ ਜੋਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵਿੱਚ ਅਕਾਲ ਪੁਰਖ ਦੀ ਅਗੰਮੀ ਜੋਤ ਜੋ ਆਪ ਨਾਰਾਇਣ ਕਲਾ ਤਾਰ ਜਗਮਹਿ ਪਰਵਰਿਓ ਇਹ ਰੂਪ ਬਦਲਦੀ ਹੋਈ ਜੋਤ ਉਹਾ ਜੁਗਤ ਸਾਈ ਸੈ ਕਾਇਆ ਫੇਰ ਪਲਟਿਏ ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਪਹੁੰਚੀ ਤਾਂ ਉਹਨਾਂ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਉਸ ਪੰਥ ਨੂੰ ਸੰਪੂਰਨਤਾ ਬਖਸ਼ਦਿਆਂ ਹੋਇਆਂ ਉਹਨਾਂ ਨੇ ਇਸ ਦਾ ਰੂਪ ਬਦਲੀ ਕਰ ਦਿੱਤਾ ਇਸ ਨੂੰ ਕੰਪਲੀਟ ਤੌਰ ਦੇ ਉੱਤੇ ਹਰ ਆਦੀ ਬਿਆਦੀ ਦਾ ਮੁਕਾਬਲਾ ਕਰਨ ਲਈ ਇਸ ਨੂੰ ਪੂਰਾ ਸ਼ਸਤਰ ਤਾਰੇ ਵੀ ਬਣਾ ਦਿੱਤਾ ਇਸ ਖਾਲਸੇ ਦੇ ਸਰੂਪ ਨੇ ਫਿਰ ਉਸ ਦੇ ਬਾਅਦ ਜਿਹੜੀ ਇਤਿਹਾਸ ਦੀ ਰਚਨਾ ਕੀਤੀ ਉਹ ਕਿੰਦਰੇ ਵੀ ਦੁਨੀਆ ਦੇ ਕਿਸੇ ਇਤਿਹਾਸ ਵਿੱਚ ਨਹੀਂ ਮਿਲਦੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਵੇਲੇ ਸੁਮੇਰ ਪਰਬਤ ਦੇ ਉੱਤੇ ਗਏ ਸਨ ਤਾਂ ਪੁਰਾਤਨ ਜਨਮ ਸਾਖੀ ਦਾ ਕਰਤਾ ਬੜੀ ਸੋਹਣੀ ਗੱਲ ਲਿਖਦਾ ਜਦੋਂ ਇੱਕ ਜੋਗੀ ਬੜੇ ਗੁੱਸੇ ਦੇ ਵਿੱਚ ਜਦੋਂ ਗੁਰੂ ਸਾਹਿਬ ਵੱਲ ਵਧਿਆ ਤਾਂ ਭਾਈ ਮਰਦਾਨਾ ਜੀ ਕਹਿਣ ਲੱਗੇ ਬਾਬਾ ਇਸ ਨਾਲ ਮੈਂ ਦੋ ਹੱਥ ਕਰਾਂ ਹਜ਼ੂਰ ਮੁਸਕਰਾਪੇ ਹਜ਼ੂਰ ਨੇ ਕਿਹਾ ਕਿ ਅਸੀਂ ਇੱਥੇ ਗੋਸ਼ਟੀ ਕਰਨ ਆਏ ਹਾਂ ਕੁਸ਼ਤੀ ਕਰਨ ਨਹੀਂ ਆਏ ਉਹ ਵੀ ਸਮਾਂ ਆਏਗਾ ਔਰ ਉਹ ਸਮਾਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਆਇਆ ਜਦੋਂ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਸ਼ਸਤਰਾਂ ਦਾ ਰਤਬਾ ਸ਼ਸਤਰਾਂ ਦਾ ਸਤਕਾਰ ਸ਼ਸਤਰਾਂ ਦੀ ਬਹਿਮਾ ਇਏ ਜੀ ਬੜੀ ਤੇਜ਼ੀ ਨਾਲ ਕੁਝ ਤਸਵੀਰਾਂ ਦੇ ਰਾਹੀਂ ਅਸੀਂ ਆਪ ਨਾਲ ਸਾਂਝੇ ਕਰਾਂਗੇ ਕਿਉਂਕਿ ਇਹਨਾਂ ਦੇ ਰਾਹੀਂ ਹੀ ਅਸੀਂ ਇਤਿਹਾਸ ਦੀ ਉਹ ਸੀਨ ਨੂੰ ਦੇਖ ਸਕਦੇ ਹਾਂ ਜਿਹੜੀ ਅਗਲੀ ਤਸਵੀਰ ਹੈ ਇਹ ਖੰਡਾ ਜੋ ਕੇਸਕੜ ਸਾਹਿਬ ਦੇ ਵਿੱਚ ਸਤਗੁਰਾਂ ਦਾ ਉਹ ਪਾਵਨ ਖੰਡਾ ਹੈ ਜਿਹੜਾ ਹਜ਼ੂਰ ਨੇ ਪਹਿਲੀ ਵਾਰ ਜਿਸ ਦੇ ਨਾਲ ਅਮਰਤੀ ਦਾਤ ਬਖਸ਼ੀ ਬਖਸ਼ਿਸ਼ ਕੀਤੀ ਸੀ ਜਿਹੜਾ ਖਾਲਸੇ ਦਾ ਜਨਮਦਾਤਾ ਹੈ ਇਸ ਦਾ ਸਤਕਾਰ ਸਤਗੁਰਾਂ ਨੇ ਕਿਤਨਾ ਜ਼ਿਆਦਾ ਕੀਤਾ ਉਹਨਾਂ ਨੇ ਨਮਸਕਾਰ ਸ੍ਰੀ ਖੜਗ ਕੋ ਕਰੋ ਸੋਹਿਤ ਚਿਤ ਲਾਏ ਪੂਰਨ ਕਰੋ ਗ੍ਰੰਥੇ ਤੁਮਮਮ ਕਰੋ ਸਹਾਇ ਇਹ ਉਹਨਾਂ ਨੇ ਕਹਿ ਕੇ ਬਲਕਿ ਅਕਾਲ ਪੁਰਖ ਦਾ ਜੋ ਸਰੂਪ ਹੈ ਸਰਗਣ ਸਰੂਪ ਹੈ ਉਸ ਨੂੰ ਵੀ ਉਹਨਾਂ ਨੇ ਇੱਕ ਖੰਡਾ ਰੂਪ ਹੀ ਕਿਹਾ ਹੈ ਔਰ ਪ੍ਰਾਤਨ ਭਾਰਤੀ ਸਾਹਿਤ ਦੇ ਵਿੱਚ ਪੁਰਾਤਨ ਭਾਰਤੀ ਪਰੰਪਰਾ ਦੇ ਵਿੱਚ ਇਹ ਚੀਜ਼ਾਂ ਸਨ ਜਿਸ ਤਰ੍ਹਾਂ ਅਗਲੀ ਤਸਵੀਰ ਵਿੱਚ ਆਪ ਦੇਖ ਰਹੇ ਹੋ ਇਹ ਤਸਵੀਰ ਮਹਾਤਮਾ ਬੁੱਧ ਦੀ ਮੰਜੂਸ਼ਰੀ ਦੇ ਰੂਪ ਵਿੱਚ ਇਹ ਤਸਵੀਰ ਹੈ ਇਸ ਵਿੱਚ ਵੀ ਬਿਲਕੁਲ ਇਨ ਬਨ ਉਹੀ ਖੰਡਾ ਹੈ ਉਸੇ ਰੂਪ ਵਿੱਚ ਹੈ ਜਿਸ ਨਾਲ ਖਾਲਸੇ ਦੀ ਸਿਰਜਣਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੀ ਪਰ ਪਟਨੇ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਬਿਹਾਰ ਦੀ ਉਸ ਪਾਵਨ ਧਰਤੀ ਤੇ ਪਾਟਲੀਪੁੱਤਰਾਂ ਦੇ ਉਸ ਨਗਰ ਵਿੱਚ ਮਹਾਤਮਾ ਬੁੱਧ ਨੇ ਕੇਸ ਔਰ ਖੰਡਾ ਤਿਆਗ ਦਿੱਤਾ ਇਹ ਦੋ ਚੀਜ਼ਾਂ ਨੂੰ ਸ਼ਸਤਰ ਨੂੰ ਔਰ ਕੇਸਾਂ ਦਾ ਤਿਆਗ ਕਰ ਦਿੱਤਾ ਪਰ ਇਸੇ ਜਗ੍ਹਾ ਦੇ ਉੱਤੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ਼ਸਤਰ ਔਰ ਕੇਸਾਂ ਦੇ ਪ੍ਰਤੀ ਪਰਪਖਤਾ ਦਿੰਦਿਆਂ ਹੋਇਆਂ ਉੱਥੇ ਉਹਨਾਂ ਨੇ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਥਾਣੀਆਂ ਬਣਾ ਕੇ ਉਹਨਾਂ ਨੂੰ ਸ਼ਸਤਰ ਵਿਦਿਆ ਦਾ ਅਭਿਆਸ ਕਰਾਇਆ ਹਜ਼ੂਰ ਦਾ ਨਿਸ਼ਾਨ ਇਸ ਸ਼ਸਤਰਾਂ ਪ੍ਰਤੀ ਕਿਤਨਾ ਸਨੇਹੀ ਕੇ ਹਜ਼ੂਰ ਨੇ ਇੱਕ ਗੱਲ ਕਹੀ ਕਿ ਉਹ ਜੋ ਅਕਾਲ ਪੁਰਖ ਹੈ ਉਸ ਅਕਾਲ ਪੁਰਖ ਦਾ ਉਹਨਾਂ ਨੇ ਇੱਕ ਨਵਾਂ ਨਾਮ ਦਿੱਤਾ ਖੜਗਕੇਤ ਕੇ ਤੂੰ ਮੈਨੇ ਹੁੰਦਾ ਚੰਡਾ ਤੁਝ ਮੈਨੇ ਹੁੰਦਾ ਚੰਡਾ ਖੜਗ ਮੈਨੇ ਤਲਵਾਰ ਖੜਗਕੇਤ ਖੜਗਧੁਜ ਅਸਕੇਤ ਅਸਧੁਜ ਸ੍ਰੀ ਅਸਕੇਤ ਜਗਤ ਕੇ ঈਸਾ ਖੜਗਕੇਤ ਮੈਂ ਸ਼ਰਨ ਤੇਹਾਰੀ ਸ੍ਰੀ ਅਸਧੁਜ ਕੀ ਚਰਣੀ ਲਾਗੋ ਔਰ ਇਤਨਾ ਹੀ ਨਹੀਂ ਜਿਵੇਂ ਆਪ ਅਗਲੀ ਤਸਵੀਰ ਵਿੱਚ ਵੇਖ ਰਹੇ ਹੋ ਸ੍ਰੀ ਹਜ਼ੂਰ ਸਾਹਿਬ ਦੇ ਵਿੱਚ ਜੋ ਨਿਸ਼ਾਨ ਸਾਹਿਬ ਦੇ ਉਸ ਥੜਾ ਸਾਹਿਬ ਦੇ ਉੱਤੇ ਜੋ ਜੋ ਤਸਵੀਰ ਹੈ ਉਸ ਵਿੱਚ ਹਜ਼ੂਰ ਦੇ ਬਚਨ ਲਿਖੇ ਹਨ ਜੇ ਪੂਜਾ ਅਸਕੇਤ ਕੀ ਨਿਤ ਪ੍ਰਤ ਕਰੇ ਬਣਾਏ ਤਿੰਨ ਪਰ ਆਪਣੋ ਹੱਥ ਦੇ ਅਸਦੁਜ ਲੈਤ ਬਚਾਏ ਇਹ ਅਸਦੁਜ ਦਾ ਰੂਪ ਜਿਹੜਾ ਹੈ ਇਹ ਖਾਲਸੇ ਨੂੰ ਇਹ ਹਰ ਇੱਕ ਦੀ ਰੱਖਿਆ ਕਰੇਗਾ ਇਸ ਤੋਂ ਅਗਲੀ ਤਸਵੀਰ ਜਿਹੜੀ ਆਪ ਵੇਖ ਰਹੇ ਹੋ ਅੱਜ ਕਿਸੇ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਹਨ ਜਿਵੇਂ ਜਹਾਜ਼ ਦਾ ਮਸਤੂਲ ਹੁੰਦਾ ਹੈ ਇਹ ਅਸਧੁਜ ਹੈ ਇਹ ਖੜਗਦੁਜ ਹੈ ਇਹ ਖੜਗਕੇਤ ਹੈ ਇਹ ਅਸਕੇਤ ਹੈ ਉਹ ਝੰਡਾ ਉਹ ਨਿਸ਼ਾਨ ਉਹ ਫਲੈਗ ਜਿਸ ਦੇ ਵਿੱਚ ਸ਼ਸਤਰ ਹੋਣ ਜਿਸ ਵਿੱਚ ਖੰਡੇ ਕਿਰਪਾਨਾ ਹੋਣ ਇਹ ਅਸਧੁਜ ਅਸਕੇਤ ਖੜਗਕੇਤ ਖੜਗਦੁਜ ਦਾ ਚਿੰਨ ਜਿਹੜੀ ਚੀਜ਼ ਸਭ ਤੋਂ ਪਹਿਲਾਂ ਜਿਵੇਂ ਕਿਸੇ ਉੱਡਦੇ ਹੋਏ ਪੰਛੀ ਨੂੰ ਜਦੋਂ ਪਹਿਲਾਂ ਜਹਾਜ਼ ਦਾ ਮਸਤੂਲ ਨਜ਼ਰ ਆਂਦਾ ਹੈ ਕਿਸੇ ਵੀ ਲੋੜਵੰਦ ਨੂੰ ਅਧਿਆਤਮਕ ਹੋਏ ਜਾਂ ਵੈਸੇ ਹੋਏ ਜਦੋਂ ਉਸ ਨੂੰ ਸਭ ਤੋਂ ਪਹਿਲੀ ਚੀਜ਼ ਜਿਹੜੀ ਨਜ਼ਰ ਆਂਦੀ ਹੈ ਉਹ ਨਿਸ਼ਾਨ ਸਾਹਿਬ ਨਜ਼ਰ ਆਂਦਾ ਹੈ ਜਿਸ ਦੇ ਉੱਤੇ ਸਭ ਤੋਂ ਉੱਤੇ ਉਹ ਖੰਡੇ ਦਾ ਚਿੰਨ ਹੈ ਕਿ ਜਿਹੜਾ ਸ੍ਰਿਸ਼ਟੀ ਦਾ ਜਨਮ ਦਤਾ ਹੈ ਖੰਡਾ ਪ੍ਰਥਵੀ ਸਾਜ ਕੇ ਜਿਨ ਸਭ ਸੰਸਾਰ ਉਪਾਇਆ ਖੰਡਾ ਦਾ ਅਰਥ ਮੌਤ ਵੀ ਹੈ ਰੱਬ ਨੇ ਪਹਿਲਾਂ ਮੌਤ ਬਣਾਈ ਉਸਦੇ ਬਾਅਦ ਜੀਵਨ ਦਿੱਤਾ ਬਲਕਿ ਇਹਨਾਂ ਦੋਨਾਂ ਦਾ ਇੱਕ ਰੂਪ ਹੋ ਗਿਆ ਇਸ ਤੋਂ ਅਗਲੀ ਤਸਵੀਰ ਜਿਹੜਾ ਸਾਡੇ ਸੰਕਲਪ ਨੂੰ ਗੁਰੂ ਸਾਹਿਬ ਦੇ ਸੰਕਲਪ ਨੂੰ ਦ੍ਰਿੜ ਕਰਦਾ ਹੈ ਉਹ ਹੈ ਖਾਲਸੇ ਦੀ ਉਹ ਮੋਹਰ ਇਹ ਜੋ ਖੰਡਾ ਔਰ ਜਿਹੜੇ ਨਿਸ਼ਾਨ ਸਾਹਿਬ ਹਨ ਇਹ ਜਿਵੇਂ ਹਰ ਜਗ੍ਹਾ ਦੇ ਉੱਤੇ ਆਂਦਾ ਹੈ ਪਰ ਇਸ ਤੋਂ ਅਗਲੀ ਤਸਵੀਰ ਵਿੱਚ ਆਪ ਵੇਖ ਰਹੇ ਹੋ ਇਸ ਤੋਂ ਅਗਲੀ ਤਸਵੀਰ ਵਿੱਚ ਇਹ ਖਾਲਸੇ ਦੀ ਮੋਹਰ ਹੈ ਜੋ ਅਜ ਸ੍ਰੀ ਅਕਾਲ ਤਖਤ ਸਾਹਿਬ ਦੀ ਮੋਹਰ ਹੈ ਔਰ ਇਹ ਮੋਹਰ ਦੇਖ ਤੇਗ ਫਤਿਹ ਨਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ ਦੇਖ ਤੇਗ ਫਤੇ ਦੀ ਗੱਲ ਕੀਤੀ ਹੈ ਜਿਸ ਨੂੰ ਕਿਹਾ ਗਿਆ ਹਜ਼ੂਰ ਨੇ ਕਿਹਾ ਜਾਂ ਸੰਮ ਸੁੰਦਰ ਸੁਨਾ ਨਾ ਸੂਰਾ ਦੇਖ ਤੇਗ ਸਾਚੋ ਪਰਪੂਰਾ ਦੇਖ ਤੇਗ ਕੋ ਜਾਹੇ ਪਰੋਸਾ ਹਜ਼ੂਰ ਨੇ ਕਿਹਾ ਗ੍ਰੰਥ ਗੁਰੂ ਗ੍ਰੰਥ ਜਾਨੋ ਸਦਾ ਅੰਗ ਸੰਗੇ ਜਹਾਂ ਧਰਮਸਾਲਾ ਤਹਾਂ ਨੀਤ ਜੇ ਗੁਰੂ ਦਰਸ ਕੀਜੇ ਮਹਾਂ ਸੁਖ ਪਾਏ ਜਪੋ ਵਾਹਿਗੁਰੂ ਜਾਪ ਚੀਤੇ ਸਦਾ ਹੀ ਸਦਾ ਨਾਮ ਲੀਜੇ ਗੁਰਗੀਤ ਗਾਹੀ ਸਦਾ ਦੇਗ ਤੇਗ ਤੁਮੋ ਜੀਤ ਹੋਈ ਇਹ ਗੁਰਬਿਲਾਸ ਪਾਤਸ਼ਾਹੀ 10ਵੀਂ ਦੇ ਵਿੱਚ ਅੰਕਤ ਹੈ ਹਜ਼ੂਰ ਨੇ ਹਜ਼ੂਰ ਦਾ ਹੁਕਮ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਵੀ ਇਹੀ ਸੀ ਔਰ ਪੰਥ ਪ੍ਰਕਾਸ਼ ਦੇ ਵਿੱਚ ਜਿਹੜੀ ਚੀਜ਼ ਅੰਕਤ ਕੀਤੀ ਗਈ ਕਿ ਦੇਗ ਦੇਗ ਕੋ ਜਾਹੇ ਪਰੋਸਾ ਇੱਕ ਸ਼ਸਤਰ ਇੱਕ ਚਾਹਤ ਲੜਾਈ ਇਹ ਦੇਗ ਔਰ ਤੇਗ ਇਹ ਦੋ ਚੀਜ਼ਾਂ ਹਜ਼ੂਰ ਨੇ ਬਖਸ਼ੀਆਂ ਜਿਸ ਕੌਮ ਦੇ ਕੋਲ ਦੇਗ ਹੋਏਗੀ ਔਰ ਤੇਗ ਵੀ ਹੋਏਗੀ ਉਸ ਨੂੰ ਕੋਈ ਨਹੀਂ ਹਰਾ ਸਕਦਾ ਅਬਦੁਲ ਸਮਦ ਖਾਨ ਅਸਰਾਰ ਸਮਦੀ ਜੋ ਬਹਾਦਰ ਸ਼ਾਹ ਦੇ ਬਾਅਦ ਜੋ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਉਸ ਦਾ ਜੋ ਵਜ਼ੀਰ ਸੀ ਉਸ ਨੇ ਜੋ ਕਿਤਾਬ ਲਿਖੀ ਹੈ ਉਸ ਦਾ ਨਾਮ ਹੈ ਅਸਰਾਰ ਸਮਦੀ ਉਸ ਦੇ ਵਿੱਚ ਉਹ ਲਿਖਦਾ ਹੈ ਕਿ ਸਿੰਘਾਂ ਨੂੰ ਕੋਈ ਨਹੀਂ ਹਰਾ ਸਕਦਾ ਕਿਉਂਕਿ ਇਹਨਾਂ ਦੇ ਕੋਲ ਦੋ ਚੀਜ਼ਾਂ ਹਨ ਇੱਕ ਇਹਨਾਂ ਦੇ ਕੋਲ ਦੇਗ ਹੈ ਔਰ ਨਾਲ ਇਹਨਾਂ ਦੇ ਤੇਗ ਹੈ ਇਹ ਜੋ ਦੇਗ ਗੁਰੂ ਗੁਰੂ ਨਾਨਕ ਸਾਹਿਬ ਨੇ ਜੋ ਦਿੱਤੀ ਜਿਹੜੀ ਗੁਰੂ ਨਾਨਕ ਸਾਹਿਬ ਨੇ 20 ਪਿਆ ਦੇ ਨਾਲ ਉਹ ਜੋ ਦੇਗ ਦਾ ਸੰਕਲਪ ਲਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰ ਹਰਗੋਬਿੰਦ ਸਾਹਿਬ ਤੋਂ ਹੁੰਦਿਆਂ ਹੋਇਆਂ ਤੇਗ ਨੂੰ ਉਹਨਾਂ ਨੇ ਇੱਕ ਰੰਮਬਦ ਕਰ ਦਿੱਤਾ ਉਸ ਨੂੰ ਇੰਸਟੀਚੂਨਲਾਈਜ਼ ਕਰ ਦਿੱਤਾ ਇਤਨਾ ਹੀ ਨਹੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਬੜੀ ਸਖਤ ਚੇਤਾਵਨੀ ਵੀ ਦਿੱਤੀ ਉਸ ਚੇਤਾਵਨੀ ਵਿੱਚ ਹਜ਼ੂਰ ਨੇ ਇਹ ਗੱਲ ਕਹੀ ਖੜਗ ਹਾਥ ਜਿੰ ਤਜੋ ਬਹੁਤ ਅਹਿਮ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਲਾਈਨ ਦੇ ਵਿੱਚ ਇੱਕ ਛੋਟੀ ਜੀ ਲਾਈਨ ਦੇ ਵਿੱਚ ਸਾਰੀ ਦੀ ਸਾਰੀ ਮਾਨਵਤਾ ਦੇ ਸੰਕਲਪ ਨੂੰ ਉਹਨਾਂ ਨੇ ਇਸ ਵਿੱਚ ਸਮੋ ਦਿੱਤਾ ਹੈ ਹਜ਼ੂਰ ਕਹਿੰਦੇ ਹਨ ਖੜਗ ਹਾਥ ਜਿਨ ਤਜੋ ਜਿਹੜੇ ਵਿਅਕਤੀ ਜਿਹੜੀਆਂ ਕੌਮਾਂ ਤਲਵਾਰ ਦੇ ਦਸਤੇ ਤੋਂ ਆਪਣਾ ਹੱਥ ਹਟਾ ਲੈਂਦੀਆਂ ਹਨ ਖੜਗ ਹਾਥ ਜਿਨ ਤਜੋ ਖੜਗ ਧਾਰਾ ਸਹੋ ਉਹ ਕੌਮਾਂ ਤਲਵਾਰ ਨੂੰ ਆਪਣੀ ਗਰਦਨ ਦੇ ਉੱਤੇ ਬਰਦਾਸ਼ਤ ਕਰਨ ਲਈ ਤਿਆਰ ਹੋ ਜਾਣ ਇਹ ਹਜ਼ੂਰ ਦਾ ਜਿਹੜਾ ਪੈਗਾਮ ਹੈ ਕਿ ਖੜਗ ਦੀ ਕੀ ਅਹਿਮੀਅਤ ਹੈ ਖੜਗ ਹਾਥ ਜਿ ਤਜੋ ਖੜਗ ਧਾਰਾ ਸਹੋ ਖੜਗ ਦੀ ਸ਼ਸਤਰਾਂ ਦੀ ਅਹਿਮੀਅਤ ਨੂੰ ਦਰਸਾਉਂਦਿਆਂ ਹੋਇਆਂ ਆਪ ਅਗਲੀ ਤਸਵੀਰ ਵੇਖੋਗੇ ਇਹ ਤਸਵੀਰ ਇਸ ਤਸਵੀਰ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਕੇਸਗੜ ਸਾਹਿਬ ਹਜ਼ੂਰ ਸਾਹਿਬ ਇਹ ਦੋ ਤਿੰਨ ਤਸਵੀਰਾਂ ਹਨ ਕਿੰਨੀ ਅਹਿਮੀਅਤ ਹੈ ਕਿ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਚੰਵਰ ਛਤਰ ਦੇ ਮਾਲਕ ਹਨ ਚੰਵਰ ਛਤਰ ਦਾ ਪ੍ਰਕਾਸ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਸ ਚੰਵਰ ਤੇ ਤਖਤ ਦੇ ਮਾਲਕ ਹਨ ਪਰ ਤਖਤ ਸਹਬਾਨ ਦੇ ਉੱਤੇ ਭਾਵੇਂ ਉਹ ਸ੍ਰੀ ਅਕਾਲ ਤਖਤ ਸਾਹਿਬ ਹੋਏ ਭਾਵੇਂ ਕੇਸਗੜ੍ਹ ਸਾਹਿਬ ਹੋਏ ਭਾਵੇਂ ਦਮਦਮਾ ਸਾਹਿਬ ਹੋਏ ਭਾਵੇਂ ਹਜ਼ੂਰ ਸਾਹਿਬ ਹੋਏ ਇੱਕ ਹਲਸੇ ਦੇ ਸੰਕਲਪ ਦੀ ਗੱਲ ਹੈ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਤੋਂ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਸ ਨੂੰ ਪਰਪੱਕ ਕੀਤਾ ਅੱਜ ਖਾਲਸੇ ਦੀ ਵਿਰਾਸਤ ਹੈ ਤਖਤਾਂ ਦੇ ਉੱਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੈ ਉੱਥੇ ਸ਼ਸਤਰਾਂ ਦਾ ਪ੍ਰਕਾਸ਼ ਹੈ ਉਹ ਜੋ ਆਪ ਦੇਖ ਰਹੇ ਹੋ ਸਭ ਤੋਂ ਖੱਬੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜੋ ਸਿੰਘਾਸਨ ਹੈ ਉਸ ਵਿੱਚ ਸ਼ਸਤਰ ਹਨ ਗੁਰੂ ਸਾਹਿਬ ਦੀਆਂ ਪਿਸਤੌਲਾਂ ਹਨ ਬੰਦੂਕਾਂ ਹਨ ਹਥਿਆਰ ਹਨ ਸੱਜੇ ਪਾਸੇ ਜਿਸ ਤਰ੍ਹਾਂ ਆਪਨੇ ਵੇਖਿਆ ਕੇਸਗੜ ਸਾਹਿਬ ਦੇ ਵਿੱਚ ਜਾਂ ਸਚਕੰਡ ਸ੍ਰੀ ਹਜ਼ੂਰ ਸਾਹਿਬ ਦੇ ਵਿੱਚ ਵੀ ਜਿਹੜਾ ਮੇਨ ਤਖਤ ਸਾਹਿਬ ਦਾ ਸਥਾਨ ਹੈ ਉਹਨਾਂ ਦੇ ਵਿੱਚ ਸ਼ਸਤਰਾਂ ਦਾ ਪ੍ਰਕਾਸ਼ ਹੈ ਹਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਪਰ ਉਹ ਨਹੀਂ ਵੀ ਥਾਤੇ ਇਹ ਹਜ਼ੂਰ ਨੇ ਜਿਹੜਾ ਉਸ ਨੂੰ ਸ਼ਸਤਰਾਂ ਨੂੰ ਅਕਾਲ ਪੁਰਖ ਦਾ ਸਰਗਣ ਸਰੂਪ ਜਿਹੜਾ ਕਹਿ ਕੇ ਉਹਨਾਂ ਨੇ ਨਮਸਕਾਰ ਕੀਤੀ ਇਤਨੀ ਹੀ ਨਹੀਂ ਉਹਨਾਂ ਨੇ ਤਾਂ ਇੱਥੇ ਤੱਕ ਕਹਿਤਾ ਉਸ ਨੂੰ ਪਗਉਤੀ ਤੱਕ ਕਹਿ ਕੇ ਪ੍ਰਥਮ ਪਗਉਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਹਜ਼ੂਰ ਨੇ ਇਤਨਾ ਕਿਆ ਐ ਪਗਉਤੀ ਸ਼ਸਤਰ ਰੂਪ ਵਿੱਚ ਪਗਉਤੀ ਤੈਹੀਂ ਦੁਰਗਾ ਸਾਜ ਕੇ ਦੈਤਾਂ ਦਾ ਨਾਸ਼ ਕਰਾਇਆ ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦੈ ਸਰਕਾਇਆ ਤੈਥੋਂ ਹੀ ਬਲਕ੍ਰਿਸ਼ਨ ਲੈ ਕੰਸ ਕੇਸੀ ਪਕੜ ਕਿਰਾਇਆ ਏ ਵਾਹਿਗੁਰੂ ਦੇ ਉਸ ਸਰਗਣ ਸਰੂਪ ਉਸ ਖੰਡੇ ਦੇ ਰੂਪ ਉਸ ਸ਼ਸਤਰ ਦੇ ਰੂਪ ਦੇ ਦਰਸ਼ਨ ਹਜ਼ੂਰ ਨੇ ਆਪਣੀ ਬਾਣੀ ਵਿੱਚ ਕੀਤੇ ਇਸ ਤੋਂ ਅਗਲੀ ਤਸਵੀਰ ਜੋ ਆਪ ਵੇਖ ਰਹੇ ਹੋ ਇਹ ਤਸਵੀਰ ਹੈ ਹਜ਼ੂਰ ਦੇ ਹੁਕਮਨਾਮੇ ਦੀ ਜਿਹੜੇ ਕਿ ਉਹਨਾਂ ਦੇ ਹੱਥ ਦੇ ਦਸਤਖਤ ਹਨ ਕਲਗੀਧਰ ਪਿਤਾ ਦੇ ਇਸ ਦੇ ਵਿੱਚ ਸਭ ਤੋਂ ਉੱਤੇ ਆਪ ਦੇਖੋਗੇ ਇੱਕ ਓੰਕਾਰ ਵਾਹਿਗੁਰੂ ਜੀ ਕੀ ਸਤਗੁਰੂ ਪ੍ਰਸਾਦ ਦੇ ਉੱਤੇ ਵੀ ਹਜ਼ੂਰ ਨੇ ਇੱਕ ਕਿਰਪਾਨ ਦਾ ਪਗੋਤੀ ਦਾ ਚਿੰਨ ਬਣਾਇਆ ਜਿਵੇਂ ਅਗਲੀ ਤਸਵੀਰ ਵਿੱਚ ਇਸ ਨੂੰ ਅਸੀਂ ਵੱਡਾ ਕਰਕੇ ਦਿਖਾ ਰਹੇ ਹਾਂ ਇਸ ਤੋਂ ਅਗਲੀ ਤਸਵੀਰ ਵਿੱਚ ਆਪ ਦੇਖ ਰਹੇ ਹੋ ਇੱਕ ਓੰਕਾਰ ਦੇ ਉੱਤੇ ਜਦੋਂ ਵੀ ਗੁਰੂ ਕਲਗੀਧਰ ਪਿਤਾ ਕਦੀ ਵੀ ਕੋਈ ਹੁਕਮਨਾਮਾ ਦਿੰਦੇ ਸੀ ਤਾਂ ਉਸ ਦੇ ਉੱਤੇ ਇਸ ਸ੍ਰੀ ਸਾਹਿਬ ਦਾ ਇੱਕ ਚਿੰਨ ਬਣਾਉਂਦੇ ਸੀ ਔਰ ਜਿਹੜੀ ਅਰਦਾਸ ਦਾ ਹਿੱਸਾ ਹੈ ਸ੍ਰੀ ਸਾਹਿਬ ਜੀ ਸਹਾਇ ਪਗੋਤੀ ਪ੍ਰਤੀ ਕੋਈ ਪੁਲੇਖਾ ਨਾ ਰਹਿ ਜਾਏ ਹਜ਼ੂਰ ਨੇ ਸਪਸ਼ਟ ਕੀਤਾ ਮੈਂ ਤਾਂ ਉਸ ਪਗੋਤੀ ਨੂੰ ਨਮਸਕਾਰ ਕਰਦਾ ਨਮੋ ਸ੍ਰੀ ਪਗੋਤੀ ਬਢੈਲੀ ਸਰੋਈ ਨਾਉ ਪਗੋਤੀ ਲੋਹ ਖੜਾਇਆ ਮੈਂ ਉਸ ਪਗੋਤੀ ਨੂੰ ਨਮਸਕਾਰ ਕਰਦਾ ਜਿਹੜੀ ਲੋਹੇ ਚੋਂ ਕਢ ਕੇ ਬਣਾਈ ਗਈ ਹਜ਼ੂਰ ਨੇ ਕਿਹਾ ਇਹ ਪਗੋਤੀ ਉਹ ਹੈ ਜਦੋਂ ਕਿਸੇ ਦੇ ਅੰਦਰ ਜਾਂਦੀ ਹੈ ਤਾਂ ਬਾਹਰ ਉਸ ਦੇ ਦੋ ਹਿੱਸੇ ਕਰ ਦਿੰਦੀ ਹੈ ਔਰ ਇਸ ਤਰ੍ਹਾਂ ਨਜ਼ਰ ਆਂਦੀ ਹੈ ਜਿਵੇਂ ਕੋਈ ਨਵ ਵਿਆਈ ਦੁਲਨ ਲਾਲ ਸਾੜੀ ਪਾ ਕੇ ਆਈ ਹੈ। ਅਗਲਾ ਜੋ ਹੁਕਮਨਾਮਾ ਹੈ ਆਪ ਵੇਖ ਰਹੇ ਹੋ ਤਸਵੀਰ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਾਬਲ ਦੀ ਸੰਗਤ ਨੂੰ ਦਿੱਤਾ ਔਰ ਇਸ ਵਿੱਚ ਖਾਸ ਲਫ਼ਜ਼ ਅੰਕਤ ਕੀਤੇ ਕਛ ਕਰਪਾਨ ਦਾ ਵਿਸਾਹ ਕਰਨਾ ਨਹੀਂ ਕਛਹਿਰੇ ਔਰ ਕਰਪਾਨ ਦੀ ਬਿਲਕੁਲ ਵੀ ਵਿਸਾਹ ਨਾ ਕਰਨਾ ਰਹਿਤਨਾਮਿਆਂ ਨੇ ਦਿੱਤਾ ਕਿ ਕਛਹਿਰਾ ਪਾਵੇ ਗਿੱਲਾ ਸੁੱਕਾ ਪਾ ਲਵੇ ਔਰ ਕਰਪਾਨ ਦਾ ਬਿਲਕੁਲ ਵਿਸਾ ਨਹੀਂ ਕਰਨਾ ਇਸ ਤੋਂ ਅਗਲੀ ਤਸਵੀਰ ਜੋ ਦੇਖ ਤੇ ਫਤੇ ਦੇ ਸੰਕਲਪ ਨੂੰ ਮੁਕਰਰ ਕਰਦਿਆਂ ਹੋਇਆ ਅਗਲੀ ਤਸਵੀਰ ਵਿੱਚ ਇਹ ਜੋ ਆਪ ਵੇਖ ਰਹੇ ਹੋ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਈ ਔਰ ਇਸ ਦੇ ਨਾਲ ਹੀ ਅਗਲੀ ਤਸਵੀਰ ਵਿੱਚ ਦੋ ਨਿਸ਼ਾਨ ਸਾਹਿਬ ਜਿਹੜੇ ਮੀਰੀ ਔਰ ਪੀਰੀ ਦੇ ਉਸ ਸੰਕਲਪ ਨੂੰ ਦਰਸਾਉਂਦੇ ਹਨ ਜਿਹੜੇ ਦੇਖ ਤੇ ਫਤੇ ਦੇ ਉਸ ਸੰਕਲਪ ਨੂੰ ਪੂਰਾ ਕਰਦੇ ਹਨ ਇਤਨਾ ਹੀ ਨਹੀਂ ਅਗਲੀ ਤਸਵੀਰ ਜਿਹੜੀ ਆਪ ਵੇਖ ਰਹੇ ਹੋ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਉਹ ਜਿਹੜੀਆਂ ਦੋ ਤਲਵਾਰਾਂ ਜਿਹੜੀਆਂ ਮੀਰੀ ਔਰ ਪੀਰੀ ਦੀਆਂ ਪਾਈਆਂ ਸੀ ਇਹ ਉਹ ਤਲਵਾਰਾਂ ਹਨ ਇਸ ਉਹ ਸ੍ਰੀ ਸਾਹਿਬ ਹਨ ਜਿਹੜੀਆਂ ਹਜ਼ੂਰ ਨੇ ਧਾਰਨ ਕੀਤੀਆਂ ਇਸ ਤੋਂ ਅਗਲੀ ਤਸਵੀਰ ਵਿੱਚ ਜਿਸ ਤਰ੍ਹਾਂ ਪਹਿਲੇ ਬਿਆਨ ਕੀਤਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਸਾਹਮਣੇ ਸ਼ਸਤਰ ਸ਼ੋਭਤ ਹਨ ਅਤੇ ਨਾਲ ਸ੍ਰੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਇਸ ਤੋਂ ਅਗਲੀ ਤਸਵੀਰ ਜੋ ਆਪ ਵੇਖ ਰਹੇ ਹੋ ਇਸ ਦੇ ਵਿੱਚ ਦੋ ਚੀਜ਼ਾਂ ਹਨ ਜਿਹੜੀ ਖੱਬੇ ਪਾਸੇ ਹੈ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਉਹ ਕਟਾਰ ਹੈ ਜਿਹੜੀ ਹਜ਼ੂਰ ਤਾਰਨ ਕਰਦੇ ਸਨ ਅਤੇ ਸੱਜੇ ਪਾਸੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਟਾਰ ਹੈ ਔਰ ਉਹਨਾਂ ਦਾ ਗਾਤਰਾ ਹੈ ਜਿਸ ਬਾਰੇ ਅਲੀ ਔਰ ਖਾਂ ਜੋਗੀ ਰਹਿਮਾਨੀ ਨੇ ਕਿਹਾ ਸੀ ਹਮ ਦیتے ਹੈ ਖੰਜਰ ਇਸੇ ਸ਼ਮਸ਼ੀਰ ਸਮਝਣਾ ਜਿਤਨੇ ਵੀ ਬਰੇ ਇਸ ਸੇ ਉਨੇ ਬੇਪੀਰ ਸਮਝਣਾ ਆਏ ਜਬ ਜ਼ਖਮ ਤੋ ਹੋਣਾ ਨਹੀਂ ਦਿਲਗੀਰ ਸਮਝਣਾ ਜਬ ਤੀਰ ਕਲੇਜੇ ਮੇ ਲਗੇ ਸੀ ਨਹੀਂ ਕਰਨਾ ਉਫ ਮੇਰੀ ਜਾਨ ਮੂਸੇ ਕبھی ਵੀ ਨਹੀਂ ਕਰਨਾ ਸੋ ਇਹ ਮਹਾਨ ਵਿਰਸਾ ਸੀ ਇਸ ਤੋਂ ਅਗਲੀ ਤਸਵੀਰ ਜੋ ਆਪ ਦੇਖ ਰਹੇ ਹੋ ਇਸ ਤਸਵੀਰ ਦੇ ਵਿੱਚ ਉਹ ਗੁਰਗੋਬਿੰਦ ਸਿੰਘ ਸਾਹਿਬ ਦਾ ਉਹ ਤੇਗਾ ਹੈ ਜਿਹੜਾ ਕਿ ਸਰੀ ਅਕਾਲ ਤੱਕ ਸਾਹਬ ਦੇ ਉੱਤੇ ਸ ਸ਼ੂਭਤ ਹੈ ਇਸ ਤੋਂ ਬਾਅਦ ਕੁਝ ਸ਼ਸਤ ਅਗਲੀ ਤਸਵੀਰ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਉਹ ਚੱਕਰ ਔਰ ਉਹ ਉਹਨਾਂ ਦੇ ਸ਼ਸਤਰ ਹਨ ਜਿਹੜੇ ਕਿ ਉਹ ਸੀਸ ਦੇ ਵਿੱਚ ਧਾਰਨ ਕਰਦੇ ਸਨ ਇਸ ਤੋਂ ਅਗਲੀ ਤਸਵੀਰ ਹਰ ਮੰਦਰ ਵਿੱਚ ਡਾਇਆ ਮੰਝਾ ਡਰ ਪਉ ਮੇਰਾ ਲੱਥਾ ਓਕਾ ਦੇਗ ਮੇਰੀ ਤੋਂ ਡਰਦੇ ਮਾਰੇ ਜਾ ਚਲਾਂ ਵਿੱਚ ਸਿੰਘ ਹੈ ਲੋਕਾ ਜਾਮ ਪਿਆ ਹੁਣ ਨੱਚ ਨਚਾਰੀਏ ਹਰ ਦੇ ਘਰ ਮੇਰਾ ਗੁਣ ਕੇ ਹੁੱਕਾ ਝੂਮ ਝੂਮਿਓ ਆਖ ਰਿਆ ਸੀ ਮੱਸਾ ਰੰਗੜ ਬਦ ਵਿੱਚ ਚੂਰ ਉਹ ਝਟਕਾਇਆ ਸਿੰਘਾਂ ਆ ਕੇ ਹੱਕੀ ਬੱਕੀ ਰਹਿ ਗਈ ਫੂਰ ਇਹ ਉਹ ਸ੍ਰੀ ਸਾਹਿਬ ਹੈ ਜਿਸ ਨੇ ਮੱਸਾ ਰੰਗੜ ਨੂੰ ਸੋਧਿਆ ਸੀ ਪਾਈ ਮਹਿਤਾਬ ਸਿੰਘ ਦੀ ਉਹ ਸ੍ਰੀ ਸਾਹਿਬ ਅਤੇ ਦੂਸਰੀ ਜਿਹੜੀ ਸ੍ਰੀ ਸਾਹਿਬ ਸੀ ਉਹ ਮਹਾਰਾਜਾ ਰਣਜੀਤ ਸਿੰਘ ਦੀ ਸੀ ਜਿਸ ਨਾਲ ਕਸੂਰ ਨੂੰ ਫਤਹਿ ਕੀਤਾ ਗਿਆ ਸੀ ਇਸ ਤੋਂ ਬਾਅਦ ਅਗਲੀ ਤਸਵੀਰ ਤਖਤ ਸ੍ਰੀ ਪਟਨਾ ਸਾਹਿਬ ਦੀ ਹੈ ਪਰ ਇੱਥੇ ਵੀ ਅਗਲੀ ਤਸਵੀਰ ਵਿੱਚ ਆਪ ਵੇਖੋਗੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉਸ ਬਾਲ ਰੂਪ ਦੇ ਵਿੱਚ ਜਿਹੜੇ ਉਹਨਾਂ ਨੇ ਸ਼ਸਤਰ ਧਾਰਨ ਕੀਤੇ ਉਹਨਾਂ ਦਾ ਕੰਗਾ ਉਹਨਾਂ ਦੀ ਕਟਾਰ ਉਹਨਾਂ ਦੀ ਬਾਗਨਖੀ ਉਹਨਾਂ ਦੇ ਚੱਕਰ ਉਹਨਾਂ ਦੇ ਤੀਰ ਔਰ ਜਿਹੜਾ ਉਹਨਾਂ ਦਾ ਖੰਡਾ ਹੈ ਬਿਲਕੁਲ ਇਹੀ ਡਿਜ਼ਾਈਨ ਦਾ ਇਸੇ ਨਕਸ਼ੇ ਦਾ ਖੰਡਾ ਸ ਆਹਿਬਾਂ ਨੇ ਖਾਲਸੇ ਨੂੰ ਅੰਮ੍ਰਿਤ ਦੀ ਦਾਤ ਬਖਸ਼ਣ ਲਈ ਵੀ ਕੀਤਾ ਔਰ ਜਿਸ ਵੇਲੇ ਇਹਨਾਂ ਸ਼ਸਤਰਾਂ ਤੋਂ ਜਦੋਂ ਕੁਝ ਲੋਕਾਂ ਨੇ ਪੈ ਪੀਤ ਹੋ ਕੇ ਮਾਤਾ ਜੀ ਕੋਲ بار بار ਸ਼ਿਕਾਇਤ ਕੀਤੀ ਮਾਤਾ ਜੀ ਨੇ ਕਿਹਾ ਕਿ ਇਸ ਖੂ ਦਾ ਪਾਣੀ ਕੋੜਾ ਹੋ ਜਾਏ ਤੇ ਜਦੋਂ ਬਾਕੀਆਂ ਨੇ ਬੇਨਤੀ ਕੀਤੀ ਕਿ ਸਾਡਾ ਤਾਂ ਇਸ ਦੇ ਨਾਲ ਹੀ ਸਾਰਾ ਕੰਮ ਚੱਲਦਾ ਸੀ ਤੇ ਮਾਤਾ ਜੀ ਨੇ ਕਿਹਾ ਸੰਗਤ ਆਏਗੀ ਸਮਾ ਪਾ ਕੇ ਆਏਗੀ ਜਦੋਂ ਸੰਗਤ ਆਏਗੀ ਪਾਣੀ ਮਿੱਠਾ ਹੋਏਗਾ ਹੁਣ ਪਾਣੀ ਕਾਫੀ ਮਿੱਠਾ ਹੈ ਜਿਹੜੇ ਵੀ ਸਾਹਿਬਾਂ ਦੇ ਸ਼ਸਤਰਾਂ ਤੋਂ ਡਰਦੇ ਹਨ ਜਿਹੜੇ ਵੀ ਸਾਹਿਬਾਂ ਦੇ ਸ਼ਸਤਰਾਂ ਤੋਂ ਘਬਰਾਉਂਦੇ ਹਨ ਉਹਨਾਂ ਲਈ ਇਹ ਸੰਸਾਰ ਸਾਗਰ ਖਾਰਾ ਹੈ ਇਹ ਸਨੇਹਾ ਹੈ ਇਸ ਪੈਗਾਮ ਦਾ ਇਸ ਸਾਖੀ ਦਾ ਅਗਲੀ ਤਸਵੀਰ ਜਿਹੜੀ ਆਪ ਵੇਖ ਰਹੇ ਹੋ ਇਹ ਕੇਸਗੜ ਸਾਹਿਬ ਦੀ ਜਿਹੜੀ ਜਿੱਥੇ ਖਾਲਸੇ ਦਾ ਸਿਰਜਣਾ ਸਰੋਤ ਹੈ ਔਰ ਇਸ ਤੋਂ ਅਗਲੀ ਤਸਵੀਰ ਵਿੱਚ ਉਹ ਸ਼ਸਤਰ ਹਨ ਜਿਹੜੇ ਉੱਥੇ ਪਏ ਹੋਏ ਹਨ ਜਿਹੜੇ ਮਹਾਰਾਜ ਦੇ ਸ਼ਸਤਰ ਔਰ ਬਾਅਦ ਵਿੱਚ ਜਿਹੜੇ ਇੰਗਲੈਂਡ ਤੋਂ ਵੀ ਆਏ ਸਨ ਸੈਫ ਸਰੋਹੀ ਸਾਹਿਬ ਤੇ ਇਹ ਹਮਾਰੇ ਪੀਰ ਇਸ ਤੋਂ ਅਗਲੀ ਤਸਵੀਰ ਉਹ ਬਹੁਤ ਹੀ ਅਹਿਮ ਹੈ ਜਿਹੜੀ ਇਸਲਾਮ ਜ਼ਿੰਦਾ ਹੁੰਦਾ ਹੈ ਹਰ ਕਰਬਲਾ ਕੇ ਬਾਅਦ ਹਰ ਮੁਸਲਮਾਨ ਦੇ ਬੂਹ ਦੇ ਉੱਤੇ ਹੈ حضرت ਮੁਹੰਮਦ ਸਾਹਿਬ ਦੇ ਦਾਮਾਦ ਜਵਾਈ حضرت ਅਲੀ ਜੇਨਾ ਦੇ ਬੇਟੇ हसन ਔਰ ਹੁਸੈਨ ਕਰਬਲਾ ਦੀ ਜੰਗ ਵਿੱਚ ਸ਼ਹੀਦ ਹੋਏ ਸਨ ਇਹ ਉਹਨਾਂ ਦਾ ਹਜ਼ਰਤ ਅਲੀ ਦਾ ਖੰਡਾ ਹੈ ਉਹਨਾਂ ਦਾ ਇਹ ਖੰਡਾ ਜੋ ਬਹਾਦਰ ਸ਼ਾਹ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਜੋ ਪੇਟ ਕੀਤਾ ਸੀ ਇਸ ਤੋਂ ਅਗਲੀ ਤਸਵੀਰ ਵਿੱਚ ਆਪ ਉਹ ਮਹਾਨ ਸ਼ਸਤਰ ਵੇਖੋਗੇ ਜਿਹੜਾ ਪਾਈ ਬਚਿੱਤਰ ਸਿੰਘ ਜੀ ਨੇ ਗੁਰੂ ਕਲਗੀਧਰ ਪਿਤਾ ਦੀ ਓਟ ਲੈ ਕੇ ਇਹ ਜੋ ਨਾਗਨੀ ਸੀ ਜਿਸ ਨਾਲ ਉਹਨਾਂ ਨੇ आनंदपुर साहब ਦੇ ਪਹਾੜੀ ਰਾਜਿਆਂ ਔਰ ਮੁਗਲ ਫੌਜਾਂ ਦੀ ਸਾਂਝੀ ਫੌਜ ਨੂੰ ਜਿਹੜੀ ਉਸ ਨਾਗਨੀ ਦੇ ਨਾਲ ਜਿਹੜੀ ਉਹਨਾਂ ਨੇ ਪਾਜ ਪਾਈ ਇਸ ਤੋਂ ਅਗਲੀ ਤਸਵੀਰ ਵਿੱਚ ਆਪ ਵੇਖ ਰਹੇ ਹੋ ਕਿ ਉਹ ਇਸ ਤੋਂ ਅਗਲੀ ਤਸਵੀਰ ਪੰਥ ਦੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਜੇਹਣਾ ਨੇ ਸਾਰਾ ਪੱਛਮ ਤੋਂ ਸਾਰਾ ਦਰਵਾਜ਼ੇ ਔਰ ਰਸਤੇ ਬੰਦ ਕੀਤੇ ਇਹ ਉਹਨਾਂ ਦੀ ਸ੍ਰੀ ਸਾਹਿਬ ਹੈ ਜਿਹੜੀ ਕਿ ਜਨਰਲ ਹਰੀ ਸਿੰਘ ਨਲਵਾਦੀ ਉਹ ਸ੍ਰੀ ਸਾਹਿਬ ਹੈ ਇਸ ਤੋਂ ਅਗਲੀ ਤਸਵੀਰ ਸਚਖੰਡ ਸ੍ਰੀ ਹਜ਼ੂਰ ਸਾਹਿਬ ਜਿੱਥੇ ਗੁਰੂ ਸਾਹਿਬ ਨੇ ਖਾਲਸੇ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਔਰ ਗੁਰਤਾ ਗੱਦੀ ਪ੍ਰਦਾਨ ਕੀਤੀ ਉਸ ਸਥਾਨ ਦੇ ਉੱਤੇ ਪਏ ਹੋਏ ਕੁਝ ਸ਼ਸਤਰ ਅਬ ਅਗਲੀ ਤਸਵੀਰ ਵਿੱਚ ਵੇਖੋਗੇ ਇਹ ਜੋ ਮੁੱਖ ਸਥਾਨ ਹੈ ਤਖਤ ਸਾਹਿਬ ਦਾ ਉਸ ਵਿੱਚ ਗੁਰੂ ਸਾਹਿਬ ਦੇ ਔਰ ਹੋਰ ਪੁਰਾਤਨ ਸਿੰਘਾਂ ਦੇ ਉਹ ਮਹਾਨ ਸ਼ਸਤਰ ਹਨ ਇਸ ਤੋਂ ਅਗਲੀ ਤਸਵੀਰ ਵਿੱਚ ਜਿਹੜਾ ਵੇਖ ਰਹੇ ਹੋ ਇਹ ਖੰਡਾ ਇਹ ਤੇਗਾ ਜੋ ਹੈ ਇਸ ਦੇ ਦਰਸ਼ਨ ਕਰਦਿਆਂ ਹੀ ਪਤਾ ਲੱਗਦਾ ਹੈ ਕਿ ਇਸ ਦੀ ਬਾੜ ਕੀ ਹੋਏਗੀ ਔਰ ਇਸ ਤੋਂ ਅਗਲੀ ਤਸਵੀਰ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਉਹ ਖੱਪਰਾ ਤੀਰ ਹੈ ਔਰ ਇਸ ਤਲਵੀ ਤੀਰ ਦੇ ਫਲ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਕੈਸਾ ਹੋਏਗਾ ਇਸ ਦੀ ਮਾਰ ਕੈਸੀ ਹੋਏਗੀ ਪਰ ਇਸ ਤੋਂ ਬਾਅਦ ਇੱਕ ਤਸਵੀਰ ਅਗਲੀ ਵਿਖਾ ਕੇ ਅਸੀਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ ਇਹ ਤਸਵੀਰ ਅਗਲੀ ਜੋ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਉਹ ਪਾਵਨ ਛੋਟੀ ਸ੍ਰੀ ਸਾਬ ਹੈ ਜਿਹੜੀ ਉਹ ਹਰ ਵੇਲੇ ਦਸਤਾਰ ਦੇ ਵਿੱਚ ਉਤਾਰਨ ਕਰਦੇ ਸਨ ਇਹ ਜਿਹੜੇ ਆਪ ਨੂੰ ਇਹਨਾਂ ਤਸਵੀਰਾਂ ਦੇ ਰਾਹੀਂ ਸਾਹਿਬਾਂ ਦੇ ਔਰ ਪ੍ਰਾਤਨ ਸਿੰਘਾਂ ਦੇ ਉਹਨਾਂ ਮਹਾਨ ਸ਼ਸਤਰਾਂ ਦੇ ਜਿਨ੍ਹਾਂ ਨੇ ਸਾਡਾ ਇਤਿਹਾਸ ਬਦਲੀ ਕੀਤਾ ਸਾਨੂੰ ਜੀਣ ਜੋਗਾ ਕੀਤਾ ਸਾਨੂੰ ਫਖਰ ਬਖਸ਼ਿਆ ਕੌਮ ਨੂੰ ਇੱਜ਼ਤ ਬਖਸ਼ੀ ਪਰ ਇਸ ਤੇ ਆ ਕੇ ਸਾਡਾ ਮੁਕਾਮ ਕਿੱਥੇ ਹੈ ਇਸ ਨੂੰ ਅਸੀਂ ਅਗਲੇ ਸੈਗਮੈਂਟ ਵਿੱਚ ਜ਼ਰੂਰ ਵਿਚਾਰਾਂਗੇ ਔਰ ਨਾਲ ਹੀ ਆਪ ਦੀਆਂ ਕਾਲਸ ਲਵਾਂਗੇ ਪਰ ਇੱਕ ਛੋਟੇ ਜਿਹੇ ਬ੍ਰੇਕ ਦੇ ਬਾਅਦ ਬ੍ਰੇਕ ਤੋਂ ਬਾਅਦ ਜਨਤਾ ਦੀ ਆਵਾਜ਼ ਇਸ ਪ੍ਰੋਗਰਾਮ ਵਿੱਚ ਸਾਬਾ ਦੇ ਸ਼ਸਤਰਾਂ ਦੇ ਇਸ ਪ੍ਰੋਗਰਾਮ ਦੇ ਵਿੱਚ ਆਪ ਦਾ ਨਿੱਘਾ ਸਵਾਗਤ ਹੈ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਸਿਰਫ ਇੱਕ ਗੱਲ ਕਰਕੇ ਇਹ ਸ਼ਸਤਰਾਂ ਦਾ ਸਰੂਪ ਜਿਸ ਵੇਲੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਦੋ ਤਲਵਾਰਾਂ ਪਾਈਆਂ ਸਨ ਤਾਂ ਉਸ ਵੇਲੇ ਸ਼ਿਵਾਜੀ ਦੇ ਗੁਰੂ ਸਮਰਥ ਰਾਮਦਾਸ ਨੂੰ ਵੀ ਬੜਾ ਵੱਡਾ ਭਲੇਖਾ ਲੱਗਾ ਸੀ ਤਾਂ ਉਸ ਨੇ ਕਿਹਾ ਸੀ ਇਹ ਗੁਰੂ ਨਾਨਕ ਦੀ ਗੱਦੀ ਨਹੀਂ ਹੋ ਸਕਦੀ ਹਜ਼ੂਰ ਨੇ ਕਿਹਾ ਸੀ ਸ਼ਸਤਰ ਗਰੀਬ ਕੀ ਰੱਖਿਆ ਜਰਵਾਣੇ ਕੀ ਪਕਸ਼ਾ ਬਾਬਾ ਨਾਨਕ ਮਾਇਆ ਨਹੀਂ त्यागी थी ਮਾਇਆ ਕਾ ਮੋਹ त्यागਿਆ ਥਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉਸ ਖੜਗਧਾਰੀ ਸਰੂਪ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ ਇਹੀ ਵੱਡੀ ਕਰਾਮਾਤ ਹੈ ਜਿਸ ਨੂੰ ਸ਼ਾਇਦ ਨਾ ਸਮਝਣ ਕਰਕੇ ਮਹਾਤਮਾ ਗਾਂਧੀ ਨੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਿਸ ਗਾਈਡਡ ਪੈਟਰੀਅਟ ਕਹਿ ਦਿੱਤਾ ਸੀ ਵਿਨੋਬਾ ਭਾਵੇ ਨੂੰ ਵੀ ਜਦੋਂ ਕਲਕੱਤੇ ਦੇ ਵਿੱਚ ਜਗਤ ਸਦਾਰ ਗੁਰਦੁਆਰੇ ਦੇ ਵਿੱਚ ਸਰੋਪੇ ਦੇ ਵਿੱਚ ਸ੍ਰੀ ਸਾਹਿਬ ਪੇਟ ਕੀਤੀ ਗਈ ਤਾਂ ਉਸ ਨੇ ਕਹਿ ਦਿੱਤਾ ਸੀ ਅਬ ਮਾਡਰਨ ਜ਼ਮਾਨੇ ਮੇ ਇਸ ਕੀ ਅਵਸ਼ਕਤਾ ਹੈ ਸੋ ਜੇਕਰ ਅਸੀਂ ਅਸੀਂ ਨਹੀਂ ਚੇਤਾਂਗੇ ਤਾਂ ਫਿਰ ਇਸ ਤਰ੍ਹਾਂ ਦੇ ਕਮੈਂਟਸ ਆਣਗੇ ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਬੜੀ ਪਾਉ ਪੂਰਤ ਗੱਲ ਕਹੀ ਹੈ ਕਿ ਹਰ ਸਿੱਖ ਨੂੰ ਗੁਰੂ ਗੋਬਿੰਦ ਸਿੰਘ ਦੀ ਕਿਰਪਾਨ ਪਾਣੀ ਪੈਂਦੀ ਹੈ ਇਹ ਕਿਰਪਾਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹੈ ਕਿਰਪਾਨ ਸਰੂਪੇ ਵਿੱਚ ਅਵਲ ਤੱਕ ਕਿਸੇ ਨੂੰ ਵੀ ਨਹੀਂ ਦੇਣੀ ਚਾਹੀਦੀ ਪਰ ਜੇ ਦੇਣੀ ਹੈ ਤਾਂ ਉਸਤਾਦਕਾਰੀ ਗੁਰੂ ਸਾਹਿਬ ਦੀ ਰਹਿਤ ਮਹਿਦ ਦਾ ਪਰਪੱਕ ਉਹ ਉਹ ਸਿੱਖ ਹੀ ਹੋ ਸਕਦਾ ਜਿਸ ਦਾ ਰਹਿਤ ਮਹਿਦ ਵਿੱਚ ਪਰਪੱਕ ਹੋਏ ਦੂਸਰਿਆਂ ਨੂੰ ਭਾਵੇਂ ਜੇ ਕਹਿ ਲਿਆ ਜਾਏ ਬੁਛੜ ਦੇ ਦਿਓ ਕਮੀਜ਼ ਦੇ ਦਿਓ ਤੋਤੀ ਦੇ ਦਿਓ ਕੋਈ ਹੋਰ ਚੀਜ਼ ਦੇ ਦਿਓ ਪਰ ਇਹ ਸ੍ਰੀ ਸਾਹਿਬ ਗੁਰੂ ਸਾਹਿਬ ਦੀ ਸ੍ਰੀ ਸਾਹਿਬ ਹੈ ਇਹ ਕਿ ਸਨ ਸਰੋਪਾ ਵਜੋਂ ਨਹੀਂ ਦਿੱਤੀ ਜਾ ਸਕਦੀ ਪਰ ਆਮ ਵੇਖਣ ਵਿੱਚ ਆਇਆ ਹੈ ਕਿ ਜਿਸ ਤਰ੍ਹਾਂ ਜਿਹੜੇ ਮਰਜ਼ੀ ਹੋਣ ਭਾਵੇਂ ਉਹ ਕਿਸੇ ਫਿਰਕੇ ਦੇ ਹੋਣ ਉਹਨਾਂ ਨੂੰ ਸ੍ਰੀ ਸਾਹਿਬ ਦੇ ਦੇਣੀ ਇਹ ਬਹੁਤ ਹੀ ਇਹ ਕੋਈ ਕੱਲ ਕੱਲੀ ਕੋਈ ਨਹੀਂ ਹੈ ਇਸ ਤਰ੍ਹਾਂ ਦੀਆਂ ਸੈਂਕੜੇ ਹਰ ਰਾਜਨੀਤਿਕ ਦਲ ਹਰ ਰਾਜਨੀਤਿਕ ਵਿਅਕਤੀ ਇਹਨਾਂ ਨੂੰ ਸਿਰ ਪਾਓ ਜਿਹੜਾ ਹੈ ਉਹ ਦਿੰਦਾ ਜਾ ਰਿਹਾ ਹੈ ਸੋ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਅਸੀਂ ਬਹੁਤ ਕੁਝ ਕਹਿਣ ਨੂੰ ਸੀ ਪਰ

अच्छा जी मतलब दैट्स नॉट अमेरिका दी कॉन्स्टिट्यूशन दी सेकंड अमेंडमेंट है ना ये भी कहती है टू बेयर आर्म जी ਤੁਸੀਂ ਆਵਾਜ਼ ਟੀਵੀ ਦੀ ਕੱਟ ਬੰਦ ਕਰ ਦਿਓ ਰਾਈਟ ਟੂ ਬੇਅਰ ਆਰਮ ਜਿਹੜੀ ਆ ਉਹ ਬਹੁਤ ਐਸੈਂਸ਼ੀਅਲ ਐ ਸੈਕਸ਼ਨ ਅਮੈਂਡਮੈਂਟ ਹੈ जी तो दूसरी चीज ਜਦੋਂ ਵੀ ਕੋਈ ਜੰਗ ਹੁੰਦੀ ਹੈ ਹਾਂਜੀ ਤੇ ਜਦੋਂ ਕੋਈ ਬਾਜ਼ ਹਾਰਦੀ ਹੈ ਉੱਥੇ ਤੋਫਾਨਾ ਸੁਹਿੰਦਰ ਨਹੀਂ ਹੁੰਦਾ ਜਾਂ ਬੰਗਾਨਾ ਸੁਹਿੰਦਰ ਨਹੀਂ ਉਹ ਉੱਥੇ ਵੀ ਤੇ ਬਹੁਤ ਹੀ ਜ਼ੋਰ ਦੀ ਜਿਹੜਾ ਬੰਦਾ ਹਾਰਦਾ ਉਹ ਬੰਦੇ ਨੂੰ ਜ਼ੋਰ ਦੇ ਦਿੰਦਾ ਹੈ। ਯੈਸ। 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 ਬੋਰਡ ਹੈ ਅ ਵੈਰੀ ਇੰਪੋਰਟੈਂਟ ਸੈਕਟਰ ਦੇ ਸਾਡੇ ਆਸੀ ਕਹਿ ਦਿੰਦੇ ਆ ਨਾ ਜੀ ਹੁਣ ਇਹਦੀ ਕੀ ਲੋੜ ਹੈ ਨਹੀਂ ਇਹਦੀ ਲੋੜ ਹੈ। ਹਾਂਜੀ। ਇਹ ਬੜੀ ਇੰਪੋਰਟੈਂਟ ਚੀਜ਼ ਹੈ। ਹਾਂਜੀ। ਤੇ ਥੀਸੀ ਚੀਜ਼ ਮੈਂ ਕਹਿਣਾ ਚਾਹਾਂਗਾ ਕਿ ਮੇਰੇ ਖਿਆਲ 50 ਦੇ ਵਿੱਚ ਜਾਂ 60 ਦੇ ਵਿੱਚ ਇੱਕ ਨੈਸ਼ਨਲ ਹਿਸਟੋਰੀਅਨ ਐਮ.ਸੀ. ਮਜਮਦਾਰ ਹੋਇਆ। ਹਾਂਜੀ। ਐਮ.ਸੀ. ਮਜਮਦਾਰ। ਹਾਂ। ਉਹਨੇ ਬੜੀ ਕਲੀਅਰਲੀ ਕਿਹਾ ਵਾ ਕਿ ਇਹ ਸਿੱਖ ਤਾਂ ਜਿਨ੍ਹਾਂ ਨੇ ਹਜ਼ਾਰ ਸਾਲ ਦੀ ਮਾਰ ਖਾਨ ਤੋਂ ਬਾਅਦ ਹਿੰਦੁਸਤਾਨ ਨੂੰ ਇੱਕ ਮੋੜਾ ਦਿੱਤਾ ਸੀ ਤੇ ਇਹ ਇਹ ਤੇ ਇਥੋਂ ਇਹ ਸਾਹਸ ਜ਼ਾਹਰ ਹੁੰਦਾ ਹੈ ਜੀ ਇਸ ਸਰ ਬੜੇ ਜ਼ਰੂਰੀ ਨੇ ਬਿਲਕੁਲ ਸਸਤਾ ਤੋਂ ਬਗੈਰ ਕੰਮ ਨਹੀਂ ਬਣ ਸਕਦਾ ਨਾਮ ਜਪਣਾ ਤੇ ਸਸਤਾ ਤੇ ਦੇਗ ਨੂੰ ਨਾਲ ਰੱਖਣਾ ਜੇ ਇਹ ਚਾਹੇ ਹੋਣ ਤੇ ਦੁਨੀਆ ਦੇ ਵਿੱਚ ਬਿਲਕੁਲ ਕਿਸੇ ਨੂੰ ਨਹੀਂ ਹਰਾ ਸਕਦਾ ਸਾਡੀ ਕੌਮ ਇਹਨਾਂ ਚੀਜ਼ਾਂ ਨੂੰ ਨਾ ਭੁੱਲੇ ਇਹ ਮੇਰੀ ਗਲਤੀ ਆ ਤਰੀਕੋ ਬਹੁਤ ਬਹੁਤ ਅੱਛਾ ਜੀ ਬਹੁਤ 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 ਧੰਨਵਾਦ ਸੋ ਜਿਹੜੀ ਗੱਲ ਆਪਨੇ ਕਹੀ ਅਸੀਂ ਪੂਰੇ ਸਹਿਮਤ ਆ ਜੇ ਸ਼ਸਤਰਾਂ ਦੀ ਲੋੜ ਨਹੀਂ ਇਹਦੀ ਅਹਿਮੀਅਤ ਨਹੀਂ ਫਿਰ ਇਹਨੂੰ ਬੈਨ ਕਿਉਂ ਕਰਦੇ ਹੋ ਤੇ ਦੂਸਰੀ ਗੱਲ ਅੱਜ ਵੀ ਜਦੋਂ ਰਾਈਫਲ ਔਰ ਹੋਰ ਸਾਰੇ ਹਥਿਆਰ ਹਨ ਇੰਨੇ ਵੱਡੇ ਵੱਡੇ ਪਰ ਅਖੀਰ ਦੇ ਵਿੱਚ ਬੈਨਟ ਜ਼ਰੂਰ ਲੱਗੀ ਹੁੰਦੀ ਹੈ ਪਰ ਲੋੜ ਹੈ ਕਿ ਨਹੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਹੈ ਬਿਨਾਂ ਸ਼ਸਤਰ ਕੇ ਸੰਗ ਨਰੰਗ ਭੇਡ ਜਾਨੋ ਬੰਦੇ ਨੂੰ ਮੁੰਨੀ ਹੋਈ ਪੇੜ ਦੀ ਤਰ੍ਹਾਂ ਸਮਝੋ ਇਹ ਮੋਰ ਆਗਿਆ ਸੁਨੋ ਤੂੰ ਪਿਆਰੇ ਬਿਨਾਂ ਸ਼ਸਤਰ ਕੇ ਸੰਗ ਨਰੰਗ ਭੇਡ ਜਾਨੋ ਸੋ ਇਹ ਬਿਨਾਂ ਸ਼ਸਤਰ ਕੇ ਸਿੰਘ ਨ ਦੇਵੋ ਦੀਦਾਰੇ ਇਹ ਹਜ਼ੂਰ ਦਾ ਹੁਕਮ ਹੈ ਇਸ ਦੇ ਵਿੱਚ ਨਾ ਕਿਸੇ ਨੂੰ ਛੋਟ ਹੈ ਤੇ ਨਾ ਇਸ ਦੇ ਵਿੱਚ ਕੋਈ ਵਾਅਦਾ ਕਰ ਸਕਦਾ ਬਹੁਤ ਬਹੁਤ ਧੰਨਵਾਦ ਹੈਲੋ 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 ਹਾਂਜੀ ਵਾਹਿਗੁਰੂ ਜੀ ਕੀ ਫਤਿਹ ਕੌਣ ਬੋਲ ਰਹੀ ਈ ਸਰ ਬਲਵੰਤ ਕੋਲ ਬੋਲ ਰਹੀ ਆ ਜੀ ਵੀਰ ਗੁਰਚਰਨ ਸਿੰਘ ਜੀ ਦੇ ਨਾਲ ਗੱਲ ਮੈਂ ਬੋਲ ਰਿਹਾ ਜੀ ਗੁਰਚਰਨਜੀਤ ਸਿੰਘ ਕਿੱਥੋਂ ਬੋਲ ਰੇ ਹੋ ਬਣ ਜੀ ਮੈਂ ਮੈਨੇ ਆਣਾ ਤੋਂ ਬੋਲ ਰਹੀ ਆ ਜੀ ਹਾਂ ਜੀ ਹੁਕਮ ਕਰੋ ਜੀ ਜੀ ਵਾਹਿਗੁਰੂ ਜੀ ਕੀ ਫਤਿਹ ਹਲਸਾ ਵਾਹਿਗੁਰੂ ਜੀ ਕੀ ਫਤਿਹ ਤਾਰੇ ਚਰਨਾਂ ਵਿੱਚ ਫਤਿਹ ਬੁਲਾਉਂਦੀ ਹੈ ਲੈ ਜੀ ਕਰਾ ਸਰਦਾਰ ਨਹੀਂ ਮੇਰੇ ਚਰਨਾਂ 'ਚ ਨਹੀਂ ਮਨਜ਼ੂਰ ਨਹੀਂ ਕਲਗੀਧਰ ਦੇ ਪਿਤਾ ਦੇ ਚਰਨਾਂ 'ਚ ਸਾਡਾ ਖੰਡਾ ਤੇ ਪਤਸਿਆਂ ਦੀ ਤਸਵੀਰ ਦੇ ਜੋ ਤੁਸੀਂ ਇਸ ਤਰ੍ਹਾਂ ਬੋਲਿਆ ਮੇਰਾ ਮਨ ਇੰਨਾ ਖੁਸ਼ ਹੋਇਆ ਕਿ ਮੇਰੀਆਂ ਅੱਖਾਂ 'ਚ ਅੱਥੂ ਆ ਗਏ ਤੁਸੀਂ ਕਲਗੀਧਰ ਪਾਸ਼ਾਹ ਜੀ ਜਦੋਂ ਗੱਲ ਕਰਦੇ ਹੋ ਨਾ ਮੇਰਾ ਮਾਣ ਨਾਲ ਝੁਕ ਜਾਂਦਾ ਹੈ ਜੀ ਫਿਰ ਮੈਂ ਬਚਪਨ ਚ ਅਮਰਿਸ਼ ਨੇ ਕਿਹਾ ਮੈਨੂੰ ਕਲਗੀਆਂ ਵਾਲੇ ਪਾਸ਼ਾਹ ਨਾਲ ਬਹੁਤ ਪਿਆਰ ਹੈ ਜਦੋਂ ਕੋਈ ਕਲਗੀਆਂ ਵਾਲੇ ਪਾਸ਼ਾਹ ਦੀ ਗੱਲ ਕਰੇ ਮੇਰਾ ਨਾ ਸੁਖ ਜਾਂਦਾ ਹੈ ਇੱਕ ਕੋਈ ਚਾਰ ਲਾਈਨਾਂ ਹਰਜੀ ਦੇ ਚਰਨਾ ਵਿੱਚ ਹਾਂਜੀ 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 ਮੋਈ ਹੋਈ ਜਿੰਦ ਨੂੰ ਦੁਬਾਰਾ ਜਨੂ ਪਾ ਗਿਆ ਫਕਾਣੀ ਕਿ ਪਟੇ ਵਿੱਚ ਕੋਨੇ ਕੇ ਸੁਨਾ बहुत बहुत आप आपका बहुत 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 चंकू जी, आज जी। बच्चा वाले पेज बहुत बहुत धन्यवाद बीबी जी आप दा। हाँ जी का हेलो हैलो जी हांजी यूर ऑन लाइन कौन बोल रही जी हेलो

ठीक है बहुत बहुत अच्छा सुझाव है और आपका स्नेह सारे तक पहुंचे बहुत धनबाद आपका थैंक यू हेलो हेलो हाँ जी फते है, आजी। है। आजी। लाइन ते कौन बोल रहे जी श्रीकाल सत श्रीकाल कौन बोल रहे जी जसपाल हाँ जी कि भीर जी जसपाल सिंह जी मैं बोल रहा हम्म कितो बोल रहे हो हां जी हुकुम करो चलो आते हैं हां बोलो बोलो ਤੁਸੀਂ ਆਵਾਜ਼ ਟੀਵੀ ਦੀ ਬੰਦ ਕਰਕੇ ਸਾਡੇ ਨਾਲ ਗੱਲ ਕਰੋ ਹਾਂ ਜੀ ਆਵਾਜ਼ ਬੰਦ ਕਰ ਦਿਓ ਟੀਵੀ ਦੀ ਹਾਂ ਜੀ ਦੱਸੋ ਇਹ ਹੈ ਮੈਂ ਆਪਣੇ ਜੀ ਮੈਂ ਆਪਣੇ ਇੱਕ ਫੈਮਿਲੀ ਨਾਲ ਬਿਲੋਂਗ ਕਰ ਰਿਹਾ ਹਾਂ ਹਾਂ ਜੀ ਆਪ ਦੀ ਆਵਾਜ਼ ਟੀਵੀ ਦੀ ਆਵਾਜ਼ ਰੋਕਾਵਟ ਪਾ ਰਹੀ ਹੈ ਅਸੀਂ ਤੁਹਾਡੇ ਨਾਲ ਗੱਲ ਨਹੀਂ ਕਰ ਪਾਵਾਂਗੇ ਕਿਉਂਕਿ ਟੀਵੀ ਆਪ ਬੰਦ ਨਹੀਂ ਕਰ ਰਹੇ ਨਾ ਮੁਸ਼ਕਲ ਹੋ ਰਹੀ ਹੈ ਆਵਾਜ਼ ਨਹੀਂ ਆ ਰਹੀ ਆਪ ਟੀਵੀ ਦੀ ਆਵਾਜ਼ ਬੰਦ ਕਰਕੇ ਗੱਲ ਕਰੋ ਹਾਂਜੀ ਹੁਣ ਮੈਂ ਕਰ ਦਿੱਤਾ ਨਹੀਂ ਪਰ ਚਲੋ ਹਾਂਜੀ ਦੱਸੋ ਕੀ ਕਹਿਣਾ ਚਾਹੁੰਦੇ ਹੋ ਮੈਂ ਸਿਸਟਮ ਨੇ ਬਲੌਂਕ ਕਰਦਾ ਤੇ ਇੱਕ ਸਿਸਟਮ ਨੇ ਬਲੌਂਕ ਕਰਿਆ ਤੇ ਪਰ ਮੈਂ ਕੋਈ ਆਪਣੇ ਮਤਲਬ ਸਿੱਖਣੇ ਦਾ ਪਰ ਮੈਂ ਟੀਕਾ ਵੜਨਾ ਚਾਹੁੰਦਾ ਪਰ ਐਟ ਸੈਂ ਮੈਂ ਬਹੁਤ ਨੇ ਬੈਠ ਸਮਝ ਗੋਚਿਆਂ ਕਿ ਮੈਂ ਚੈੱਕ ਦੁਆਰਾ ਬਣ ਸਕਦਾ ਬਿਲਕੁਲ ਹਰ ਵੇਲੇ ਭਾਈ ਨੰਦ ਲਾਲ ਦੋਇਬ ਨੇ ਇੱਕ ਗੱਲ ਬੜੀ ਸੁਣੀ ਕਹੀ ਦੀ ਕਹੀ ਹੈ ਇੱਕ ਦਿਹਾੜੇ ਸਤਗੁਰ ਪਾਸੋਂ ਪ੍ਰੇਮ ਸਰਾਹੀ ਪੀਤੀ ਪਾਇ ਸਾਡੇ ਲਿਖੀ ਗਰੀਬੀ ਧਰਮਸਤਕ ਸੋ ਮਸਤਕ ਤਰ ਲਈਤੀ ਹਰ ਸਾਰੀ ਉਮਰ ਗੁਨਾਹੀ ਬੀਤੀ ਹਰ ਕੀ ਭਗਤ ਨਾ ਕੀਤੀ ਅੱਗੇ ਸਮਝ ਚਲੋ ਨੰਦ ਲਾਲਾ ਜੋ ਬੀਤੀ ਸੋ ਬੀਤੀ ਜੈਸਾ ਬਾਲਕ ਭਾਏ ਸਬਾਏ ਲਖ ਅਪਰਾਧ ਕਮਾਵੇ ਕਰ ਉਪਦੇਸ਼ ਛਿੜਕੇ ਬਹੁ ਪਾਂਤੀ ਪੌੜ ਪਿਤਾ ਗੱਲਾਵੇ ਕਿਸੇ ਵੇਲੇ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਪੇਸ਼ ਹੋ ਜਾਓ ਕੋਈ ਦਿੱਕਤ ਨਹੀਂ ਹਰ ਵੇਲੇ ਉਹ ਗੁਰੂ ਜਿਹੜਾ ਵਾਜਾ ਮਾਰ ਰਿਹਾ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਗੁਰੂ ਕੇ ਪਿਆਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਹੈਲੋ ਹੈਲੋ ਹਾਂਜੀ ਕੌਣ ਬੋਲ ਰਹੀ ਜੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੌਣ ਬੋਲ ਰੇ ਜੀ ਬੀ ਜੀ ਹਾਂਜੀ 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 ਦੱਸੋ ਬੈਣ ਜੀ ਹਾਂਜੀ ਮੈਂ ਨਾ ਜੇ ਤੁਹਾਨੂੰ ਦੇਖ ਲਈਆ ਮਰਛਾ ਰਗਿਆ ਜੀ ਤੇਰੀ ਨੇ ਬੋਲੀ ਸੀ ਕੱਪਤਾ ਹੋ ਰਹੀ ਸੀ ਹਾਂਜੀ ਉਸ ਤੋਂ ਬੰਨ ਬਸਾਈ ਦਾ ਫੋਨ ਬਸ ਸਾਡੇ ਕੋਲ ਹੋਏਗਾ ਨਹੀਂ ਮੈਂ ਚਲੋ ਦੇਖਾਂਗੇ ਜੇ ਮਿਲ ਗਿਆ ਪਰ ਮੈਂ ਕਹਿ ਨਹੀਂ ਸਕਦਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਹਲੋ ਹਾਂਜੀ ਹਾਂ ਦੋ ਹਾਂਜੀ ਨਰਮਨ ਸਰ ਹਾਂਜੀ ਕੌਣ ਬੋਲ ਰਹੀ ਜੀ हाँ जी नायर साहब तो सारे ये रिफॉर्म्स इन द प्रॉपर लेटेस्ट इंफॉर्मेशन फॉर डायवर्सिटी डेटास है जी मतलब ये सारी एक कुछ तरह इंफॉर्मेशन है जी और एक कमाल की चीज है कि वैल्यू तो कोई फाइंड नहीं सकता जी जी को जावे चाहे हफ्ते भर के बंदे बैठा करो ताकि दूर-दूर इंफॉर्मेशन मिले पंजाब तो ही आई है जी उठो उठो ही आई है जी पता ही नहीं हाँ जी। पर मैं है जी। चलो हां बहुत बहुत तो हां हाँ बस... तो हाँ हाँ। हाँ गुरु कृपा करेगा जस पंजाबी आवाज हूँ भी जाएगी ए उल्टे पासे गंगा तुरेगी बहुत बहुत धनबाद वाहो हाँ जी हेलो हाँ जी कौन बोल रहे जी, जी, जी खालसा जी की फतेह है फतेह फतेह हाँ फतेह हाँ फतेह हाँ 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 बहुत हाँ की फा फ ਬਹੁਤ ਬਹੁਤ ਰਹੇ ਜੀ ਦੀ ਫਤਿਹ ਰਹੇ ਜੀ ਦੀ ਫਤਿਹ ਹਾਂਜੀ ਸਦਾ ਰਹੀ ਫਤਿਹ ਖਾਦਾ ਜੀ ਫਦਾ ਫਤਿਹ ਰਹੇ ਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਗੁਰੂ ਆਪ ਨੂੰ ਬਹੁਤ ਹੋਰ ਚੜ੍ਹਦੀ ਕਲਾ ਰੱਖੇ ਆਪ ਦੀ ਆਵਾਜ਼ ਹੋਰ ਬੁਲੰਦ ਕਰੇ ਵਾਹਿਗੁਰੂ ਜੀ ਕੀ ਫਤਿਹ ਹਲੋ ਹਾਂਜੀ ਵਾਹਿਗੁਰੂ ਸਾਹਿਬ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਕੌਣ ਬੋਲ ਰਿਹਾ ਜੀ ਤਰੋਚਨ ਸਿੰਘ ਹੋ ਰਹੇ ਨੀ ਬਾਤੀ ਮੋਤਾਂ ਜੀ ਹਾਂਜੀ ਹਾਂਜੀ ਤਰੋਚਨ ਸਿੰਘ ਜੀ ਕਰਪਾ ਚੜ੍ਹਦੀ ਕਲਾ ਹਾਜੀ ਹਾਂਜੀ ਹੁਕਮ ਕਰੋ ਅਸੀਂ ਤਾਂ ਬਿਲਕੁਲ ਵਿਚਾਰਾਂ ਨਾਲ ਸਾਂ ਯਾਨੀ ਕਿ ਸਹਿਮਤ ਆ ਜੀ ਉਹ ਮਹਾਰਾਜ ਨੇ ਸਾਨੂੰ ਇਹ ਦੱਸਿਆ ਪਰ ਇੱਕ ਸਿੰਘ ਸੀ ਅੱਜ ਤੋਂ ਛਾਲ ਪਹਿਲਾਂ ਹਾਂਜੀ ਹਾਂਜੀ ਉਹਨੇ ਸ਼ੇਰੇ ਪੰਜਾਬ ਦੇ ਵਿੱਚ ਇੱਕ ਨਿਊਜ਼ ਦਿੱਤੀ ਸੀ ਕਿੰਦਾ ਹੁਣ ਸਿੱਖਾਂ ਨੂੰ ਯਾਨੀ ਕਿ ਸ੍ਰੀ ਸਾਹਿਬ ਨਹੀਂ ਪੌਣ ਦੀ ਲੋੜ ਕਿਉਂਕਿ ਅੱਜ ਕੱਲ੍ਹ ਹਥਿਆਰ ਜਿਹੜੇ ਨੇ ਤੇਜ਼ ਆ ਗਏ ਨੇ ਹਾਂਜੀ ਹਾਂਜੀ ਪਤਾ ਹੀ ਆ ਵੀ ਕਿਦਾਂ ਦੇ ਹਥਿਆਰ ਆ ਗਏ ਉਹ ਕਹਿੰਦਾ ਨਹੀਂ ਪਾਉਣ ਦੀ ਲੋੜ ਨਹੀਂ ਪਰ ਤੁਸੀਂ ਮੈਂ ਸਾਰਿਆਂ ਦੀ ਨੌਲੇਜ ਵਾਸਤੇ ਦੱਸਣਾ ਚਾਹੁੰਦਾ ਕਿ ਸ੍ਰੀ ਸਾਹਿਬ ਤੇ ਸ੍ਰੀ ਸਾਹਿਬ ਦੀ ਹੈ ਹਾਂ ਜੀ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਪਾਸ਼ਾ ਨੇ ਸਾਨੂੰ ਸ੍ਰੀ ਸਾਹਿਬ ਹੀ ਦਿੱਤੀ ਹੈ ਹਾਂ ਜੀ ਠੀਕ ਹੈ ਇਹਦਾ ਮਤਲਬ ਸਿੱਖ ਚੇਂਜ ਹੋ ਜਾਏਗਾ ਜੇ ਦੂਜੀ ਗੱਲ ਪਾ ਲੈ ਜੀ 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 ਗੱਲ ਇਹ ਗੁਰੂ ਦੇ ਹੁਕਮ ਨੂੰ ਕੋਈ ਤਬਦੀਲ ਨਹੀਂ ਕਰ ਸਕਦਾ ਉਹ ਹੁਕਮ ਹੈ ਇਸ ਤੋਂ ਬਾਅਦ ਜਿਹੜੀ ਚੀਜ਼ ਹੋ ਰਹੀ ਹੈ ਉਹ ਜੇ ਪਾਣਾ ਚਾਹੇ ਮੁਬਾਰਕ ਹੈ ਉਸ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਬਿਲਕੁਲ ਬਿਲਕੁਲ ਉਸ ਦੀ ਕੋਈ ਛੋਟ ਨਹੀਂ ਹਾਂਜੀ ਉਹ ਹਜ਼ੂਰ ਦਾ ਹੁਕਮ ਹੈ ਇਹ ਹੈ ਮੋਰ ਆ ਗਿਆ ਸੁਨੋ ਤੂੰ ਪਿਆਰੇ ਬਿਨਾ ਸ਼ਸਤਰ ਕੇ ਸੰਗ ਨ ਦੇਵੋ ਦਿਦਾਰੇ ਹਜ਼ੂਰ ਦਾ ਹੁਕਮਨਾਮਾ ਹੈ ਸਾਈਬਾਂ ਦੇ ਆਪਣੇ ਹੱਥ ਦਾ ਲਿਖਿਆ ਕਿ ਜਦੋਂ ਮੇਰੇ ਕੋਲ ਆਣਾ ਹੈ ਹਥਿਆਰ ਬਣ ਕੇ ਆਣਾ ਸੋ ਇਸ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ ਹੋ ਸਕਦੀ ਜੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਹੈ ਤੇ ਇਹ ਰੂਪ ਹੋਣਾ ਹੀ ਪੈਣਾ ਹੈ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਸਾਬ ਜੀ ਹੈਲੋ

ਏ ਵੀ ਖਾਲ ਕੀ ਰਿਹਾ ਪਹਿਲਾ ਖਾਲ ਦਿੰਦੇ ਇਹ ਹੁਣ ਮਿਲ ਰਿਹਾ ਚਲੋ ਠੀਕ ਹੈ ਬਹੁਤ ਅੱਛਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ थैंक यू ਹੈਲੋ ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਉਹ ਹਾਇਓ ਤੇ ਬੋਲ ਰਿਹਾ ਜੀ ਹਾਂਜੀ ਕੌਣ ਜੀ ਹੈ ਜੀ ਅੱਜ ਬਹੁਤ ਹੀ ਆਨੰਦ ਆਇਆ ਤੁਸੀਂ ਗੁਰੂ ਮਹਾਰਾਜ ਦੇ ਜੀ ਜੀ ਹਮਮਾ ਕਰਾਇਓ ਜੀ ਅਫਸਰ ਜੀ ਕਲਰਕ ਜੀ ਜੀ ਬੈਂਕ ਦੇ ਰੈਕਸ ਦੇ ਗੁਰਦਵਾਰੇ ਦੇ ਵਿਚਾ ਚੁਪਾਂ ਦੇ ਸਰਪ੍ਰਾਨ ਘਟਾ ਤੇ ਜੋ ਵੀ ਸਸ਼ਕਤਾਂ ਦਾ ਪ੍ਰਚਾਰ ਕੀਤੇ ਹੋਣਾ ਗੁਰਦਵਾਰੇ ਤੋਂ ਹੈ ਜੀ ਜੀ ਤੇ ਗੁਰਦਵਾਰੇ ਦੇ ਤਬਦਦ ਕਰਨ ਜੀ ਪ੍ਰਚਾਰ ਸਕਤੀ ਹੱਥ ਜੀ ਇਹ ਅੰਮ੍ਰਿਤ ਧਾਰੀ ਨਹੀਂ ਹੋ ਸਕਦੀ ਜੀ ਤੁਸੀਂ ਅੰਮ੍ਰਿਤ ਧਾਰੀ ਦੀ ਗੱਲ ਛੱਡੋ ਅਜੇ ਉਹਨਾਂ ਨੂੰ ਕੋ ਅਜੇ ਉਸ ਤਰ੍ਹਾਂ ਤੇ ਕੈਂਚੀ ਭਾਵੇਂ ਅਜੇ ਛੱਡ ਦੇਣ ਤੇ ਬਾਕੀ ਤੇ ਫਿਰ ਬਾਅਦ ਦੀ ਗੱਲ ਹੈਗੀ ਹੈ ਤੇ ਪਰ ਇਸ ਦੇ ਵਿੱਚ ਜਦੋਂ ਅਫਸੋਸ ਆਂਦਾ ਹੈ ਜਦੋਂ ਸਾਡੇ ਆਪਣੇ ਬੰਦੇ ਔਰ ਜਦੋਂ ਇੱਕ ਉੱਚ ਅਹੁਦੇ ਤੇ ਰਹੇ ਹੋਏ ਜਥੇਦਾਰ ਰਹਿ ਚੁੱਕੇ ਆ ਅਕਾਲ ਤਖਤ ਸਾਹਿਬ ਦੇ ਉਹ ਅਗਰ ਕਚਹਿਰੀ ਚ ਇੱਥੇ ਜਾ ਕੇ ਬਿਆਨ ਦੇ ਦੇਣ ਕਿ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਬਾਹਰਲੇ ਸਿੱਖਾਂ ਤੇ ਲਾਗੂ ਨਹੀਂ ਹੈ ਫਿਰ ਇਸ ਦਾ ਮਤਲਬ ਹੈ ਕਿ ਸਾਡੀ ਗਿਰਾਵਟ ਦੀ ਇੰਤਹਾ ਹੋ ਜਾਂਦੀ ਹੈ ਇਹ ਗੁਰੂ ਦਾ ਆਦੇਸ਼ ਕੋਈ ਦਿਸ਼ਾ ਰਹਿਤ ਹੈ ਸਮਰ ਰਹਿਤ ਹੈ ਦੇਸ਼ ਰਹਿਤ ਹੈ ਇਹ ਜੀਓਗ੍ਰਾਫੀਕਲ ਬਾਉਂਡਰੀਜ਼ ਔਰ ਹਰ ਬਾਉਂਡਰੀ ਤੋਂ ਪਰੇ ਹੈ ਉਹ ਗੁਰੂ ਦਾ ਹੁਕਮ ਸ੍ਰੀ ਅਕਾਲ ਤਖਸਾਲ ਦੇ ਰਾਈ ਸਾਰੀ ਜਗ੍ਹਾ ਜਾਣਾ ਹੈ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਹੈਲੋ ਹੈਲੋ ਹਾਂਜੀ ਬਹੁਤ ਬਹੁਤ ਵਾਹਿਗੁਰੂ ਜੀ ਕੀ ਫਤਿਹ ਦੱਸੋ ਆਪ ਕੌਣ ਬੋਲ ਰਹੇ ਜੀ ਕਿੱਥੋਂ ਬੋਲ ਰਹੇ ਮੈਂ ਨੱਬਾਤੋਂ ਨਿਕਲ ਰਿਹਾ ਮੈਂ ਬੋਲ ਰਿਹਾ ਜੀ ਹਾਂਜੀ ਮੈਂ ਬੋਲ ਰਿਹਾ ਗੁਰਚਰਨਜੀਤ ਸਿੰਘ ਲਾਂਬਾ ਅਰਜ਼ ਕਰ ਰਿਹਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਰਮਜੀਤ ਖੜਾ ਬੋਲ ਰਿਹਾ ਜੀ ਅਜਾਹਤੋਂ ਹਾਂਜੀ 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 ਆਦਾ ਅਜਦਾ ਫਰਮ ਦੇਖਿਆ ਜੀ ਬਹੁਤ ਵਧੀਆ ਜੀ 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 ਇਹ ਇਸੇ ਫਾਈਰੇ ਪ੍ਰੋਗਰਾਮ ਆ ਜਿਹੜੇ ਕਿਤੋਂ ਦੂਰ ਹੋ ਚੁੱਕੇ ਆ ਫਟੇ ਤੋਂ ਹੋ ਚੁੱਕੇ ਨੇ ਇਸੇ ਤਰ੍ਹਾਂ ਇਹ ਪ੍ਰੋਗਰਾਮ ਚੱਲਦੇ ਰਹੇ ਤੇ ਬਹੁਤ ਜ਼ਿਆਦਾ ਜਿਹੜੇ ਲੋਕ ਨੇ ਵਾਪਸ ਦਿੱਕ ਵਿੱਚ ਆ ਜਾਣਗੇ ਜੀ ਜੀ ਆਪ ਜੀ ਬਹੁਤ ਮਿਹਰਬਾਨੀ ਜੀ ਜੀ ਤੁਸੀਂ ਉੱਥੇ ਵੀ ਹੈਗੇ ਹੋ ਪ੍ਰਬੰਧਕਾਂ ਚ ਹੋ ਹੈਗੇ ਹੋ ਔਰ ਤੁਸੀਂ ਉਪਰਾਲਾ ਕਰ ਰਹੇ ਹੋ ਜ਼ਰੂਰ ਕੋਸ਼ਿਸ਼ ਕਰੋ ਕਿ ਅਸੀਂ ਜਿੰਨਾ ਕਰ ਸਕੀਏ ਇਹ ਕੋਈ ਇਕੱਲਾ ਨਹੀਂ ਹੈਗਾ ਸਾਰਿਆਂ ਦਾ ਹੈ ਸੋ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਿ ਇਸ ਦਿੱਤੇ ਹੋਏ ਸਮੇਂ ਦੇ ਵਿੱਚ ਜੇਕਰ ਇਹ ਕਹਿ ਲਿਆ ਜਾਏ ਕਿ ਇੱਕ ਭੂਮਿਕਾ ਹੀ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਦੇ ਸਕਦੇ ਹਾਂ ਗੁਰੂ ਕਿਰਪਾ ਕਰੇਗਾ ਕਿ ਜਿਸ ਵੇਲੇ ਕੋ ਸਮਾਂ ਮਿਲੇ ਅਸੀਂ ਇੱਕ ਇੱਕ ਚੀਜ਼ ਦੀ ਵਿਆਖਿਆ ਕਰ ਸਕੀਏ ਔਰ ਉਨੀ ਦੇਰ ਤੱਕ ਅਸੀਂ ਆਪਣੇ ਵਿਰਸੇ ਨੂੰ ਗੁਰੂ ਸਾਹਿਬ ਦੇ ਹੁਕਮਾਂ ਨੂੰ ਉਹਨਾਂ ਦੇ ਆਦੇਸ਼ਾਂ ਨੂੰ ਉਹਨਾਂ ਦੇ ਬਾਣੀ ਸ਼ਸਤਰਾਂ ਦੇ ਪ੍ਰਤੀ ਸਤਿਕਾਰ ਨੂੰ ਔਰ ਉਹਨਾਂ ਸ਼ਸਤਰਾਂ ਨੂੰ ਉਹਨਾਂ ਸਿਧਾਂਤਾਂ ਨੂੰ ਅਸੀਂ ਪਛਾਣਨ ਦੀ ਕੋਸ਼ਿਸ਼ ਕਰੀਏ ਜਿਹੜੇ ਸਿਧਾਂਤ ਹਜ਼ੂਰ ਨੇ ਸਾਹਮਣੇ ਦਿੱਤੇ ਹਨ ਕਿ ਉਹਨਾਂ ਨੇ ਸ਼ਸਤਰਾਂ ਦਾ ਇਤਨਾ ਮਾਣ ਕਰਕੇ ਸਤਿਕਾਰ ਕਰਕੇ ਉਸ ਨੂੰ ਅਕਾਲ ਪੁਰਖ ਦਾ ਸਰਗਣ ਸਰੂਪ ਤੱਕ ਕਹਿ ਕੇ ਉਸ ਨੂੰ ਸਨਮਾਨਿਆ ਹੈ ਉਹ ਸਾਨੂੰ ਹਜ਼ੂਰ ਦੀ ਬੜੀ ਵੱਡੀ ਬਖਸ਼ਿਸ਼ ਹੈ ਅਸੀਂ ਉਸਦੇ ਪਾਤਰ ਬਣੀਏ ਔਰ ਤਿਆਰ ਵਰ ਤਿਆਰ ਹੋਈਏ ਇਹ ਸਿੱਖ ਦਾ ਨਿਸ਼ਾਨਾ ਹੋਣਾ ਚਾਹੀਦਾ ਹੈ ਇਹੀ ਸਾਡੀ ਅਰਦਾਸ ਹੈ ਸੋ ਇਸ ਪ੍ਰੋਗਰਾਮ ਦੇ ਵਿੱਚ ਇਹ ਆਪ ਸਾਨੂੰ ਫੋਨ ਕਰੋ ਸਾਨੂੰ ਕਾਲ ਕਰਕੇ ਜਾਂ ਈਮੇਲ ਕਰਕੇ lambda@justpunjabi.com ਜਾਂ info@justpunjabi.com ਦੇ ਉੱਤੇ ਤੁਸੀਂ ਸਾਨੂੰ ਜ਼ਰੂਰ ਆਪਣੇ ਵਿਚਾਰ ਲਿਖੋ ਆਪਦੇ ਵਿਚਾਰ ਇਸ ਪ੍ਰੋਗਰਾਮ ਨੂੰ ਹੋਰ ਅੱਛਾ ਕਰਨ ਦੇ ਵਿੱਚ ਔਰ ਇਸਨੂੰ ਉਪਯੋਗੀ ਬਣਾਉਣ ਦੇ ਵਿੱਚ ਸਹਾਇੀ ਹੋਣਗੇ ਅਗਲੇ ਹਫਤੇ ਇਸੇ ਵੇਲੇ ਇਸੇ ਸਮੇਂ ਮੰਗਲਵਾਰ 8:30 ਵਜੇ ਈਸਟਰਨ ਟਾਈਮ ਅਸੀਂ ਆਪ ਦੀ ਸੇਵਾ ਵਿੱਚ ਇੱਕ ਹੋਰ ਕੋਈ ਐਪੀਸੋਡ ਇੱਕ ਹੋਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ